ਚੱਲ ਤਿਆਰ ਤਾਂ ਹੋ ਗਈ ਮੈਂ। ਹਾਏ ਟਾਈਮ ਕਿੰਨਾ ਹੋ ਗਿਆ, ਕਿਤੇ ਲੇਟ ਹੀ ਨਾ ਹੋ ਜਾਵਾਂ। ਇੱਦਾਂ ਕਰਦੀ ਹਾਂ, ਜਲਦੀ ਜਲਦੀ ਕਿਤਾਬਾਂ ਚੱਕਾਂ ਤਾਂ ਜਾਵਾਂ ਇੱਥੋਂ। ਭਾਬੀ। ਹਾਂ ਮਨੂ। ਭਾਬੀ ਮੈਂ ਜਾ ਰਹੀ ਹਾਂ, ਠੀਕ ਹੈ ਕਾਲਜ। ਕੀ ਗੱਲ, ਅੱਜ ਇੰਨੀ ਛੇਤੀ ਜਾ ਰਹੀ ਹਾਂ? ਭਾਬੀ ਛੇਤੀ ਕਿੱਥੇ, ਟਾਈਮ ਦੇਖੋ ਕਿੰਨਾ ਹੋ ਗਿਆ। ਓਹੋ ਹੱਸਾ, ਮੈਨੂੰ ਪਤਾ ਨੀ ਲੱਗਿਆ ਇੰਨਾ ਟਾਈਮ ਹੋ ਗਿਆ। ਇੱਕ ਮਿੰਟ ਖੜ ਜਾ, ਬਸ ਆਹ ਤੜਕਾ ਲਾ ਰਹੀ ਹਾਂ, ਮੈਂ ਦੋ ਫੁਲਕੇ ਲਾ ਦੂ, ਖਾ ਕੇ ਵਗ ਜੀ। ਨਾ ਨਾ ਭਾਬੀ, ਹੁਣ ਨੀ, ਮੈਂ ਉੱਥੇ ਕੰਟੀਨ ਚ ਕੁਛ ਖਾ ਲੂੰਗੀ, ਟਾਈਮ ਬਹੁਤ ਹੋ ਗਿਆ, ਮੇਰਾ ਲੈਕਚਰ ਮਿਸ ਹੋ ਜਾਣਾ। ਚੱਲ ਐ ਕਰ, ਜਾਂਦੇ ਹੋਏ ਨਾ ਪੈਸੇ ਬਾਈ ਤੋਂ ਲੈ ਜੀ ਫੜ ਕੇ। ਆ ਕੋਈ ਨੀ, ਮੇਰੇ ਕੋਲ ਹੈਗੇ ਨੇ, ਤੂੰ ਕੱਲ ਨੂੰ ਲੈ ਜੂੰਗੀ। ਇਹ ਵੀ ਨਾ ਕੁੜੀ ਬਾਹਲੀ ਕਾਹਲੀ ਕਰਦੀ ਆ। ਚੱਲ ਇੰਨਾ ਟਾਈਮ ਹੋ ਗਿਆ, ਮੈਨੂੰ ਵੀ ਨੀ ਪਤਾ ਲੱਗਿਆ, ਇਹ ਵੀ ਰੋਟੀ ਨੂੰ ਬੋਲਣਗੇ, ਛੇਤੀ ਛੇਤੀ ਤੜਕਾ ਲਾਵਾਂ। ਦੀਪ ਹੈ ਓਏ, ਆ ਜਾ ਦੀਪ, ਗੇਟ ਖੁੱਲਾ ਹੀ ਹੈ। ਕਿਉਂ, ਕਿਵੇਂ ਆ? ਵਧੀਆ ਵਧੀਆ, ਤੂੰ ਦੱਸ? ਵਧੀਆ, ਕਿਵੇਂ ਲੱਗ ਗਿਆ ਅੱਜ ਪਾਣੀ ਪਾਉਣਾ? ਉਹ ਤੈਨੂੰ ਪਤੀ ਆ ਯਾਰ, ਘਰ ਦੇ ਵਿੱਚ ਥਾਂ ਘੱਟ ਹੈ, ਵੱਡਾ ਦਰਖਤ ਕੋਈ ਲੱਗਦਾ ਨਹੀਂ, ਆ ਗਮਲੇ ਜਿਹੇ ਨਾਲ ਟਾਈਮ ਪਾਸ ਕਰੀ ਜਾਂਦੇ, ਸੋਹਣੇ ਲੱਗਦੇ ਨੇ ਨਾਲੇ। ਹਾਂ, ਹਰਿਆਲੀ ਜੀ ਵਧੀਆ ਲੱਗਦੀ ਹੈ। ਆਹੋ ਮੈਂ ਤਾਂ ਇਹ ਕਹਿ ਰਿਹਾ ਸੀ ਯਾਰ, ਕਿਵੇਂ ਕੱਲ ਨੂੰ ਮੇਰੀ ਪਾਸਪੋਰਟ ਦੀ ਇਨਕੁਆਇਰੀ ਜੀ ਹੈ। ਅੱਛਾ, ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਦੋ ਬੰਦੇ ਲੈ ਕੇ ਆਈ ਨਾਲ ਗਵਾਹੀ ਵਾਸਤੇ, ਇੱਕ ਤਾਂ ਬੰਦਾ ਮੇਰੇ ਲਵੇ ਹੈਗਾ, ਤੂੰ ਵਗ ਚੱਲੇਗਾ ਮੇਰੇ ਨਾਲ ਕੱਲ ਨੂੰ? ਕੱਲ ਨੂੰ ਯਾਰ? ਹਾਂ, ਅੱਜ ਦੇਖ ਲੈ, ਅੱਜ ਵਗ ਚੱਲਦੇ ਆ। ਨਾ ਯਾਰ, ਫਿਰ ਹੁਣ ਤੈਨੂੰ ਪਤਾ ਥਾਣੇ ਵਾਲਿਆਂ ਦਾ ਕੰਮ ਆਪਦਾ ਸਿਸਟਮ ਹੁੰਦਾ ਉਹਨਾਂ ਦਾ, ਵੀ ਉਹ ਕਹਿੰਦੇ ਕੱਲ ਨੂੰ ਆ ਜੀ, ਮੈਂ ਕਿਵੇਂ ਕਹਿੰਦਾ ਉਹਨਾਂ ਨੂੰ ਵੀ ਅੱਜ ਆਊਂਗਾ ਯਾਰ। ਵਗ ਚੱਲੀ ਕੀ ਕਰਦਾ ਤੂੰ, ਵਿਹਲੇ ਹੀ ਹੋਣਾ, ਸਾਰਾ ਘੰਟਾ ਲੱਗੂ, ਪਰ ਵੱਧ ਟਾਈਮ ਨਹੀਂ ਲੱਗਦਾ। ਅੱਜ ਤਾਂ ਯਾਰ ਮੈਂ ਫ੍ਰੀ ਹਾਂ, ਕੱਲ ਨੂੰ ਤੈਨੂੰ ਪਤੀ ਹੈ ਮੇਰਾ ਵੀ ਕੰਮ ਕਾਰ ਆ, ਆ ਕਿਸੇ ਨੂੰ ਪਲਾਟ ਜਾ ਦਿਖਾ ਕੇ ਆਉਣਾ, ਜਿਹਦੇ ਵਿੱਚੋਂ ਟਾਈਮ ਬਚ ਗਿਆ ਬਈ ਵਗ ਚੱਲਾਂਗੇ, ਨਹੀਂ ਫਿਰ ਤੈਨੂੰ ਕੋਈ ਹੋਰ ਬੰਦਾ ਕਰਨਾ ਪਊਗਾ। ਫਿਰ ਚੱਲ ਮੈਂ ਕਰੂੰ, ਤੈਨੂੰ ਤੜਕੀ ਪੁੱਛ ਲੂੰ, ਜੇ ਵਿਹਲਾ ਹੋਇਆ ਤਾਂ ਦੱਸ ਦੀ, ਨਹੀਂ ਫਿਰ ਵਗ ਚੱਲਾਂਗੇ ਆਪਾਂ। ਰੋਟੀ ਵੀ ਨੀ ਖਾਧੀ ਤੂੰ? ਉਹ ਕਮਲੀਏ ਕਈਆਂ ਜਿਹੀਆਂ ਗੱਲਾਂ ਕਰਦੀ ਹੈ, ਜੇ ਢਿੱਡ ਚ ਕੁਛ ਹੋਊਗਾ ਤਾਂ ਮਾੜਾ ਮੋਟਾ ਪੜੇਗੀ। ਚੱਲ ਕੋਈ ਨਾ ਵੀਰੇ, ਮੈਂ ਚਾਹਨੀ ਆ। ਚਲ ਕੋਈ ਨਾ, ਪੈਸਾ ਟਕ ਲੈ ਜਾ ਮੇਰੇ ਪਰਸ ਤੋਂ, ਉੱਥੇ ਖਾਲੀ ਕੁਛ। ਨਾ ਵੀਰੇ, ਮੈਂ ਭਾਬੀ ਨੂੰ ਵੀ ਕਿਹਾ ਸੀ, ਮੇਰੇ ਕੋਲ ਪੈਸੇ ਹਲੇ ਹੈਗੇ, ਭਾਬੀ ਨੂੰ ਕਿਹਾ ਸੀ ਮੇਰੇ ਤੋਂ ਲੈ ਲਈ ਆਪਣੇ ਤੋਂ, ਮੈਂ ਕਿਹਾ ਹੈਗੇ ਨੇ ਮੇਰੇ ਕੋਲ ਇੰਨੇ, ਕਿ ਇੱਥੇ ਤਾਂ ਜਾਣਾ, ਲੋਕਲ ਤਾਂ ਹੈਗੇ, ਆਪਾਂ ਕਿਹੜਾ ਕਿਤੇ ਦੂਰ ਜਾ। ਚੱਲ ਬਈ, ਤੇਰੀ ਮਰਜ਼ੀ, ਭਗ ਜਾ। ਠੀਕ ਹੈ ਵੀਰੇ। ਵਧੀਆ ਪੜ੍ਹੀ? ਠੀਕ ਹੈ। ਚੱਲ ਕੋਈ ਨਾ ਦੀਪ, ਬਾਕੀ ਜਿਵੇਂ ਤੂੰ ਕਹਿ ਦੇਂਗਾ ਆਪਾਂ ਉਵੇਂ ਕਰ ਲਾਂਗੇ ਯਾਰ, ਤੇਰੇ ਤੋਂ ਬਾਹਰ ਨਹੀਂ ਹੈਗਾ ਮੈਂ। ਠੀਕ ਹੈ, ਕੋਈ ਨਹੀਂ, ਮੈਂ ਤੈਨੂੰ ਤੜਕੇ ਪੁੱਛੂੰਗਾ। ਚੱਲ ਮੈਂ ਵੀ ਜਾਣਾ ਯਾਰ, ਮੈਂ ਵੀ ਲੇਟ ਹੋ ਰਿਹਾ, ਫਿਰ ਮੈਂ ਕਾਲਜ ਜਾਣਾ। ਚੰਗਾ, ਠੀਕ ਹੈ, ਚੱਲ ਚੰਗਾ। ਚੱਲ ਕੁੜੀ ਜੀ ਬਾਗੀ, ਇਹ ਵੀ ਨਿਬੜਿਆ, ਪਰ ਇਹਦਾ ਕਿਵੇਂ ਕਰੀਏ ਯਾਰ ਕੱਲ ਦਾ? ਚਲੋ ਕੱਲ ਦੀ ਗੱਲ ਨੂੰ ਵੇਖਾਂਗੇ। ਮਨੂ। ਹਾਂ ਦੀਪ, ਕੀ ਗੱਲ ਆ, ਮੈਨੂੰ ਕਿਉਂ ਰੋਕਿਆ ਤੂੰ? ਉਹ ਮੈਂ ਤਾਂ ਮਨੂ ਐਵੇਂ ਕਹਿੰਦਾ ਸੀ, ਆਪਾਂ ਇੱਕੋ ਕਾਲਜ ਚ ਪੜ੍ਹਦੇ ਆ ਹਨਾ, ਆਪਣਾ ਰਸਤਾ ਵੀ ਸੇਮ ਹੈ, ਤੂੰ ਕਿੱਥੇ ਧੁੱਪ ਚ ਮਰਦੀ ਜਾਏਂਗੀ, ਆ ਜਾ ਤੈਨੂੰ ਮੈਂ ਡ੍ਰੌਪ ਕਰ ਦੇਣਾ। ਨਹੀਂ ਨਹੀਂ ਦੀਪ, ਕੋਈ ਗੱਲ ਨੀ, ਵੈਸੇ ਵੀ ਨੇੜੇ ਤਾਂ ਹੈਗਾ, ਕਿਹੜਾ ਜ਼ਿਆਦਾ ਦੂਰ ਆ, ਤੇ ਮੇਰੀ ਫਰੈਂਡ ਵੀ ਆ ਰਹੀ ਆ, ਕੋਈ ਗੱਲ ਨੀ, ਮੈਂ ਉਹਦੇ ਨਾਲ ਹੀ ਬੈਠ ਕੇ ਚੱਲ ਜੂੰਗੀ। ਓਹੋ ਮਨੂ, ਤੂੰ ਤਾਂ ਇਹ ਰਿਐਕਟ ਕਰ ਰਹੀ ਹੈ ਜਿਵੇਂ ਮੈਂ ਕੋਈ ਬਗਾਨਾ ਹੋਵਾਂ, ਆਪਾਂ ਇੱਕ ਦੂਜੇ ਨੂੰ ਜਾਣਦੇ ਤਾਂ ਹੈਗੇ ਆ,
ਤੂੰ ਆਪਦੀ ਫਰੈਂਡ ਨੂੰ ਫੋਨ ਕਰ ਦੇ ਵੀ ਆ ਨਾ, ਹੈ ਤੈਨੂੰ ਮੈਂ ਡ੍ਰੌਪ ਕਰ ਦੂੰਗਾ, ਆ ਜਾ ਤੂੰ ਬੈਠ। ਦੀਪ ਮੇਰੀ ਗੱਲ ਸੁਣ, ਤੂੰ ਕਿਉਂ ਮੈਨੂੰ ਇੰਨਾ ਫੋਰਸ ਕਰੀ ਜਾਂਦਾ? ਜਦ ਮੈਂ ਤੈਨੂੰ ਇੱਕ ਵਾਰੀ ਕਹਿਤਾ ਮੈਂ ਆਪਣੇ ਆਪ ਚੱਲ ਜੂੰਗੀ, ਤੂੰ ਆਪਣਾ ਕਾਲਜ ਜਾ। ਓਹੋ ਮਨੂ, ਮੈਂ ਤਾਂ ਤੇਰੇ ਫਾਇਦੇ ਵਾਸਤੇ ਕਹਿੰਦਾ ਸੀ, ਮਹਾਂ ਕਿੰਨੀ ਧੁੱਪ ਹੈ, ਕਿੱਥੇ ਵਿਚਾਰੀ ਤੁਰੀ ਤੁਰੀ ਜਾਊ। ਚਲੋ ਤੇਰੀ ਮਰਜ਼ੀ ਭਾਈ, ਤਾਂ ਨਹੀਂ ਜਾਣਾ, ਮੈਂ ਤਾਂ ਕੀ ਕਹਿ ਸਕਦਾ। ਪਤਾ ਨਹੀਂ ਇਹ ਮੁੰਡਾ ਕੀ ਚਾਹੁੰਦਾ ਕੀ ਨਾ, ਜਦੋਂ ਦੇਖੋ ਵਾਰ ਵਾਰ ਨਾ ਮੇਰੇ ਕੋਲ ਆਉਣ ਦੇ ਕੋਈ ਨਾ ਕੋਈ ਬਹਾਨੇ ਲੱਭਦਾ ਰਹਿੰਦਾ, ਅਤੇ ਉੱਦਾਂ ਵੀ ਜਦੋਂ ਮੇਰੇ ਕੋਲ ਆਉਂਦਾ ਨਾ ਇਹਦੇ ਕੋਲ ਖੜ ਕੇ ਹੀ ਨਾ ਮੈਨੂੰ ਬਿਲਕੁਲ ਵੀ ਗੁੱਡ ਵਾਈਬਸ ਨਹੀਂ ਆਉਂਦੀਆਂ ਹੈਗੀਆਂ, ਮੇਰੀ ਫਿਕਰ ਬਿਨਾਂ ਮਤਲਬ ਕਰਦਾ ਰਹਿੰਦਾ, ਨਾ ਮੈਨੂੰ ਇਹ ਕੁਛ ਪਸੰਦ ਆ। ਕਿੱਥੇ ਰਹਿ ਗਈ ਯਾਰ, ਕਿੰਨਾ ਟਾਈਮ ਹੋ ਗਿਆ ਅਜੇ ਤੱਕ ਨਹੀਂ ਆਈ। ਅਨਮੋਲ ਕਿਵੇਂ ਆ? ਮੈਂ ਤਾਂ ਠੀਕ ਆ, ਤੂੰ ਦੱਸ ਤੈਨੂੰ ਕੀ ਬਿਮਾਰੀ ਪਈ ਆ, ਰੋਜ਼ ਹੀ ਲੇਟ ਹੋ ਜਾਂਦੀ ਆ। ਅਨਮੋਲ ਯਾਰ ਤੈਨੂੰ ਕੀ ਦੱਸਾਂ ਹੁਣ, ਨਾਲੇ ਉਹ ਵੀ ਤੈਨੂੰ ਤਾਂ ਚੰਗਾ ਭਲਾ ਪਤਾ ਮੇਰੀ ਤਾਂ ਅੱਖ ਹੀ ਨਹੀਂ ਖੁੱਲਦੀ ਹੁੰਦੀ ਛੇਤੀ, ਉਹ ਵੀ ਸਵੇਰੇ ਅੱਜ ਪਤਾ ਮੈਂ ਰੋਟੀ ਵੀ ਨਹੀਂ ਖਾ ਕੇ ਆਈ ਹੈਗੀ, ਉਧਰੋਂ ਭਾਬੀ ਦੀ ਵੀ ਨਹੀਂ ਅੱਖ ਖੁੱਲੀ, ਤਾਂ ਕਰਕੇ ਲੇਟ ਹੋ ਗਈ। ਫਿਰ ਵੀ ਯਾਰ ਮਾੜਾ ਮੋਟਾ ਤਾਂ ਸੋਚਿਆ ਕਰ, ਵੀ ਤੇਰੀ ਅੱਗੇ ਕੋਈ ਵੇਟ ਕਰ ਰਿਹਾ, ਮਨ ਚਾਹੇ ਟਾਈਮ ਤੇ ਆਉਣੀ ਆ। ਦੇਖੀ ਸੋਰੀ ਐਂ ਕਾਹਤੋਂ ਕਰਦਾ ਹੁੰਦਾ, ਹੁਣ ਮੈਂ ਪਤਾ ਕਾਲੀ ਕਾਲੀ ਚਾਹੀ ਆ ਵੀ ਮੇਰਾ ਲੈਕਚਰ ਨਾ ਮਿਸ ਹੋ ਜੇ। ਅੱਛਾ ਜੀ, ਲੈਕਚਰ ਨਾ ਮਿਸ ਹੋ ਜੇ, ਮਾੜਾ ਜਿਹਾ ਟਾਈਮ ਕਿੰਨੇ ਧਿਆਨ ਮਾਰਿਓ, ਕਿੰਨਾ ਹੋ ਗਿਆ? ਹਾਏ ਮੈਂ ਮਰ ਜਾ, ਆ ਟਾਈਮ ਕਿੰਨਾ ਹੋਇਆ ਪਿਆ। ਮੈਡਮ ਜੀ ਲੈਕਚਰ ਤਾਂ ਮਿਸ ਹੋ ਗਿਆ। ਹਾਏ ਅਨਮੋਲ ਹੁਣ ਕੀ ਕਰਾਂ ਮੈਂ, ਨਾ ਤਾਂ ਹੁਣ ਮੈਂ ਘਰੇ ਜਾਣ ਜੋਗੀ ਆ ਤੇ ਨਾ ਕਾਲਜ ਜਾਣ ਜੋਗੀ ਆ, ਉਹ ਵੀ ਬੋਲੂਗੀ ਮੈਡਮ ਵੀ ਇੰਨੀ ਲੇਟ ਕਿਉਂ ਹੋ ਗਈ। ਉਹ ਫਿਰ ਤੈਨੂੰ ਕਾਲਜ ਜਾਣ ਨੂੰ ਕਹਿੰਦਾ ਵੀ ਕੌਣ ਆ, ਕਾਲਜ ਨੂੰ ਮਾਰ ਕੋਈ, ਆਪਾਂ ਕਿਤੇ ਹੋਰ ਚੱਲਦੇ। ਕਿਤੇ ਹੋਰ ਨਾ, ਹੁਣ ਆਪਾਂ ਕਿੱਥੇ ਜਾਵਾਂਗੇ ਭਲਾ? ਉਹ ਤੂੰ ਘਾਬਰਦੀ ਕਿਉਂ ਆ, ਆ ਜਾ ਬੈਠ, ਕਿਤੇ ਤਾਂ ਜਾਵਾਂਗੇ। ਅਨਮੋਲ ਪਹਿਲਾਂ ਦੱਸ ਤਾਂ ਦੇ ਜਾਣਾ ਕਿੱਥੇ ਆ। ਉਹ ਯਾਰ ਤੈਨੂੰ ਮੇਰੇ ਤੇ ਯਕੀਨ ਨਹੀਂ, ਤੂੰ ਬੈਠ। ਲੈ ਅਨਮੋਲ ਆ, ਤੂੰ ਕਿਹੜੀ ਗੱਲ ਕਰੀ ਜਾਂਦਾ, ਆਪਣੇ ਨਾਲੋਂ ਵੱਧ ਯਕੀਨ ਆ ਮੈਨੂੰ ਤੇਰੇ ਤੇ। ਬਸ ਫਿਰ ਯਕੀਨ ਹੈਗਾ ਨਾ, ਹੁਣ ਚੂ ਵੀ ਨਾ ਕਰੀ, ਬੈਠ ਚੱਲ। ਅਨਮੋਲ ਯਾਰ ਤੂੰ ਮੈਨੂੰ ਆ ਪਾਰਕ ਚ ਕਾਹਤੋਂ ਲੈ ਆਇਆ? ਫਿਰ ਕੀ ਹੋਇਆ? ਫੋਨ ਵਾਲੀ ਗੱਲ ਨੀ ਅਨਮੋਲ, ਤੈਨੂੰ ਵੀ ਦੇਖਦਾ ਦੇ ਕਿਹੜੀ ਪਬਲਿਕ ਫਿਰਦੀ ਆ, ਐਵੇਂ ਜਿੱਥੇ ਕਿਸੇ ਨੇ ਦੇਖ ਲਿਆ ਫਿਰ ਐਵੇਂ ਸਿਆਪਾ ਪੈ ਜਾਊਗਾ। ਓਏ ਯਾਰ ਸਾਰੇ ਉਰੇ ਆਪਣੇ ਵਰਗੇ ਨੇ, ਤੂੰ ਹੀ ਡਰੀ ਜਾਂਦੀ ਆ, ਡਰਨ ਵਾਲੀ ਗੱਲ ਨੀ। ਮੇਰੀ ਗੱਲ ਕਿਉਂ ਨਹੀਂ ਸਮਝਦਾ, ਮੈਨੂੰ ਪਤਾ ਆਪਣੇ ਵਰਗੇ ਨੇ ਸਾਰੇ, ਪਰ ਫਿਰ ਵੀ ਮਾੜੀ ਮੋਟੀ ਇਹ ਗੱਲ ਤਾਂ ਸੋਚ ਲਾ, ਉਹਨਾਂ ਦਾ ਮਾਹੌਲ ਕੁਛ ਹੋਰ ਹੋਊਗਾ ਅਗਲੇ ਦੇ ਘਰੇ, ਆਪਣਾ ਮਾਹੌਲ ਨਹੀਂ ਸਹੀ ਹੈਗਾ, ਜੇ ਕਿਸੇ ਨੇ ਆਪਣੇ ਘਰੇ ਕੋਈ ਗੱਲ ਕਰਤੀ ਫਿਰ ਤੇਰਾ ਤਾਂ ਕੁਛ ਜਾਣਾ ਨਹੀਂ ਹੈਗਾ ਤੇ ਮੇਰਾ ਕੁਛ ਰਹਿਣਾ ਨਹੀਂ। ਓਹੋ ਕੰਬਲੀਏ, ਕੌਣ ਦੱਸੂ ਉਰੇ, ਸਾਰੀਆਂ ਜੋੜੀਆਂ ਨੇ ਉਰੇ, ਕੋਈ ਲੱਭਦਾ ਥੋੜੀ ਫਿਰਦਾ ਵੀ ਕਿਹੜਾ ਕਿੱਥੇ ਆ। ਚੱਲ ਅਨਮੋਲ ਤੂੰ ਨਹੀਂ ਗੱਲ ਸਮਝਦਾ ਹੁੰਦਾ ਹੈਗਾ, ਚੱਲ ਆ ਜਾ ਆਪਾਂ ਉੱਥੇ ਬਹਿਣੇ ਆ, ਤੂੰ ਹੀ ਡਰੀ ਜਾਂਦੀ ਆ, ਆ ਜਾ। ਲੈ ਅਨਮੋਲ ਇੰਨੀ ਜਗ੍ਹਾ ਪਈ ਸੀ, ਇੱਥੇ ਆ ਕੇ ਤੈਨੂੰ ਜਗ੍ਹਾ ਮਿਲੀ ਆ ਬਸ ਬੈਠਣ ਨੂੰ। ਆਪੇ ਤਾਂ ਡਰਦੀ ਸੀ ਵੀ ਕੋਈ ਦੇਖ ਨਾ ਲਵੇ, ਹੁਣ ਇੱਥੇ ਕੋਈ ਨਹੀਂ ਆਉਂਦਾ ਜਾਂਦਾ, ਇੱਥੇ ਬਹਿ ਜਾ ਆਰਾਮ ਨਾਲ, ਨਾਲ ਟੈਨਸ਼ਨ ਨਾ ਲਿਆ ਕਰ ਇੰਨੀ, ਪਹਿਲੀ ਵਾਰ ਆਪਾਂ ਆਏ ਆ, ਆਪਾਂ ਕਿਹੜਾ ਰੋਜ਼ ਆਉਣਾ। ਅਨਮੋਲ ਚਾਹੇ ਪਹਿਲੀ ਵਾਰ ਆਏ ਆ ਪਰ ਮੈਨੂੰ ਪਤਾ ਨਹੀਂ ਐਂ ਲੱਗੀ ਜਾਂਦਾ ਜਿਵੇਂ ਆਪਾਂ ਗਲਤ ਕਰਿਆ ਹੁੰਦਾ, ਚਾਹੇ ਆਪਾਂ ਲੇਟ ਹੀ ਸੀਗੇ, ਆਪਾਂ ਨੂੰ ਪਰ ਕਾਲਜ ਜਾਣਾ ਚਾਹੀਦਾ ਸੀ। ਬਸ ਯਾਰ ਮੇਰਾ ਪਹਿਲੀ ਅੱਜ ਕਾਲਜ ਜਾਣ ਦਾ ਜਮਾ ਮੂਡ ਨਹੀਂ ਸੀ, ਉੱਪਰ ਦੀ ਤੂੰ ਵੀ ਲੇਟ ਹੋ ਗਈ, ਬਸ ਫਿਰ ਮੈਨੂੰ ਸਾਥੀ ਮਿਲ ਗਿਆ ਉਰੇ ਆਉਣ ਨੂੰ। ਲੈ ਲੱਗਦਾ ਸਾਥੀ ਦਾ, ਤੈਨੂੰ ਪਤਾ ਮੇਰੇ ਵੀਰੇ ਨੂੰ ਮੇਰੇ ਤੋਂ ਕਿੰਨੀਆਂ ਉਮੀਦਾਂ ਨੇਗੀਆਂ ਵੀ ਚੱਲ ਪੜ੍ਹ ਲਿਖ ਕੇ ਕੋਈ ਨੌਕਰੀ ਲੱਗ ਜੂਗੀ ਚੱਜ ਦੀ। ਇਹ ਮੇਰੀ ਗੱਲ ਸੁਣ ਲਾ, ਅੱਜ ਤਾਂ ਆਪਾਂ ਆ ਗਏ, ਅੱਗੇ ਤੋਂ ਨਹੀਂ ਆਉਣਾ ਹੈਗਾ।
ਉਹ ਚੰਗਾ ਮੇਰੀ ਮਾਂ, ਮੈਂ ਤਾਂ ਤੈਨੂੰ ਜਾਦਾ ਲੈ ਕੇ ਆਇਆ, ਇੱਥੇ ਸੁਣਾਈ ਜਾਂਦੀ ਆ, ਨਹੀਂ ਲੈ ਕੇ ਆਉਂਦਾ ਅੱਗੇ ਤੋਂ, ਅੱਗੇ ਤੋਂ ਆਉਂਦਾ ਵੀ ਕੌਣ ਆ ਉਰੇ? ਤੈਨੂੰ ਨਾਲੇ ਪਤਾ ਅੱਜ ਅੰਗਰੇਜ਼ੀ ਦਾ ਟੈਸਟ ਹੈ, ਆਉਂਦਾ ਕੁਛ? ਹਾਏ, ਅੱਜ ਅੰਗਰੇਜ਼ੀ ਦਾ ਟੈਸਟ ਸੀ, ਮੈਂ ਤਾਂ ਕੁਛ ਯਾਦ ਵੀ ਨਹੀਂ ਕੀਤਾ ਤੇ ਨਾ ਮੈਂ ਤਾਂ ਭੁੱਲ ਹੀ ਗਈ ਸੀ ਵੀ ਹਾਂ ਟੈਸਟ ਹੋਣਾ ਅੱਜ। ਨਹੀਂ ਤੂੰ ਆਜਾ ਆਜਾ, ਤੈਨੂੰ ਚੱਲ ਕਾਲਜ ਲੈ ਕੇ ਜਾਣਾ। ਉਹ ਨਾ ਨਾ, ਕੋਈ ਗੱਲ ਨਹੀਂ। ਨਹੀਂ ਆਜਾ। ਚੱਲ ਨਾ ਅਨਮੋਲ, ਜਿੱਦ ਨਹੀਂ ਕਰੀਦੀ ਹੁੰਦੀ, ਕੋਈ ਗੱਲ ਨਹੀਂ, ਹੁਣ ਜਦ ਆਈ ਗਏ ਥੋੜਾ ਜਿਹਾ ਟਾਈਮ ਸਪੈਂਡ ਕਰ ਲੈਨੇ ਆ। ਆ ਗਈ ਨਾ ਲੈਣ ਤੇ, ਮੈਨੂੰ ਪਤਾ ਅੰਗਰੇਜ਼ੀ ਵਾਲੀ ਮੈਡਮ ਤੋਂ ਡਰਦੀ ਆ, ਆਉਂਦਾ ਜਾਂਦਾ ਹੁਣ ਤੈਨੂੰ ਵੀ ਕੱਖ ਨਹੀਂ। ਉਹ ਬਸ ਯਾਰ, ਕਾਹਤੋਂ ਇੰਨੀ ਬੇਇੱਜ਼ਤੀ ਕਰੀ ਜਾਂਦਾ ਹੁਣ ਮੇਰੀ? ਅੱਛਾ, ਹੁਣ ਬੇਇੱਜ਼ਤੀ ਲੱਗਣ ਲੱਗ ਗਈ? ਪਹਿਲਾਂ ਤਾਂ ਬੜੀ ਪੜਾਕੂ ਬਣਦੀ ਸੀ। ਅਨਮੋਲ, ਤੈਨੂੰ ਵੀ ਪਤਾ ਮੈਂ ਕਿੰਨਾ ਕੁ ਪੜ੍ਹਦੀ ਆ ਕਿੰਨਾ ਕੁ ਨਹੀਂ, ਤੇ ਰਹੀ ਗੱਲ ਅੱਜ ਦੀ, ਤੇ ਮੈਨੂੰ ਜਦ ਯਾਦ ਹੀ ਨਹੀਂ ਸੀ, ਮੈਂ ਭੁੱਲ ਹੀ ਗਈ ਸੀ ਵੀ ਟੈਸਟ ਸੀਗਾ ਇੰਗਲਿਸ਼ ਦਾ। ਚੱਲ ਛੱਡ ਹੁਣ ਤੂੰ, ਕਿਉਂ ਇੰਨੀਆਂ ਗੱਲਾਂ ਕਰੀ ਜਾਂਦਾ, ਮੈਨੂੰ ਭੁੱਖ ਲੱਗੀ ਹੋਈ ਆ ਬਹੁਤ ਜ਼ਿਆਦਾ, ਕੁਛ ਖਾਣ ਨੂੰ ਲਿਆ। ਹਾਂ, ਤੇਰੇ ਲੈਕਚਰ ਦੇ ਚੱਕਰਾਂ 'ਚ ਤਾਂ ਮੈਂ ਭੁੱਲ ਹੀ ਗਿਆ ਵੀ ਤੂੰ ਭੁੱਖੀ ਵੀ ਆ। ਚੱਲ ਕੋਈ ਨਾ, ਬੈਠ ਹੋਰੇ, ਮੈਂ ਤੇਰੇ ਵਾਸਤੇ ਕੁਛ ਲੈ ਕੇ ਆਉਣਾ ਵਧੀਆ ਖਾਣ ਨੂੰ। ਜਿੱਧਰ ਦੇਖ ਪਤੰਦਰ ਹੱਥਾਂ 'ਚ ਹੱਥ ਪਾਈ ਬੈਠੇ ਰਹਿੰਦੇ ਨੇ, ਇੱਧਰ ਨਿਗਾਹ ਮਾਰ ਤਾਂ ਜੋੜੀਆਂ, ਇੱਧਰ ਨਿਗਾਹ ਮਾਰ ਤਾਂ ਜੋੜੀਆਂ, ਇੱਧਰ ਦੇਖ ਤਾਂ ਜੋੜੀਆਂ। ਰੱਬਾ ਤੈਨੂੰ ਅਸੀਂ ਦੀਂਦੇ ਨੀ, ਇਕੱਲੇ ਆਲੇ ਦੁਆਲੇ ਵਾਲੀ ਦੀਂਦੇ ਨੇ, ਸਾਡੀ ਵੀ ਬਣਾ ਦੇ ਜੋੜੀ ਯਾਰ ਕਿਸੇ ਨਾਲ, ਅਸੀਂ ਵੀ ਹੱਥਾਂ 'ਚ ਹੱਥ ਪਾ ਕੇ ਬਹਿ ਜਾਈਏ। ਇਹ ਮੇਰੇ ਯਾਰ ਰੱਬਾ ਤੂੰ ਵੀ ਆਹ, ਇਹ ਮਨੂ ਨਹੀਂ ਲੱਗਦੀ ਮੈਨੂੰ, ਇਹ ਉਰੇ ਕੀ ਕਰਦੀ ਆ ਬੈਠੀ? ਮੈਨੂੰ ਤਾਂ ਕਹਿੰਦੀ ਮੈਂ ਕਾਲਜ ਜਾਂਦੀ ਹਾਂ, ਇਹ ਉਰੇ ਪਾਰਕ 'ਚ ਕੀ ਕਰਨ ਆ ਗਈ? ਕਮਾਲ ਦੀ ਗੱਲ ਹੈ। ਲੈ ਦੀਪ ਸਿਆ, ਇਹੀ ਤਾਂ ਤੇਰੇ ਕੋਲ ਮੌਕਾ ਹੈ, ਉੱਥੇ ਤਾਂ ਮੈਂ ਪੁੱਛ ਨਹੀਂ ਸਕਿਆ ਵੀ ਚੱਲ ਹਾਂ ਆਂਢ ਗੁਆਂਢ ਹੁੰਦਾ ਕਈ ਵਾਰੀ ਬੀਚ ਕੋਈ ਦੇਖ ਲੇ ਕਰ ਲੇ, ਉਰੇ ਕੋਈ ਨਹੀਂ ਹੈਗਾ, ਉਰੇ ਬਣੂ ਆਪਣੀ ਗੱਲ, ਹੁਣ ਜਾ ਕੇ ਪੁੱਛਦਾ। ਦੀਪ, ਦੀਪ ਤੂੰ ਇੱਥੇ, ਤੂੰ ਇੱਥੇ ਕੀ ਕਰਦਾ? ਨਾ ਮੈਂ ਤਾਂ ਠੀਕ ਹੈ, ਤੂੰ ਇੱਥੇ ਕੀ ਕਰਦੀ ਆ? ਮੈਨੂੰ ਤਾਂ ਕਹਿੰਦੀ ਸੀ ਮੈਂ ਕਾਲਜ ਜਾਂਦੀ ਆ। ਓ ਹਾਂ, ਮੈਂ ਜਾਣਾ ਤਾਂ ਮੈਂ ਕਾਲਜ ਸੀ, ਮੈਂ ਤੈਨੂੰ ਕਿਹਾ ਸੀ ਮੈਂ ਕਾਲਜ ਜਾਣਾ। ਅੱਛਾ, ਫਿਰ ਇੱਥੇ ਪਾਰਕ 'ਚ ਕੀ ਕਰਨਾ ਹੈ? ਹਾਂ ਮੈਂ ਦੱਸਦੀ ਆ, ਤੇ ਉਸ ਤੋਂ ਬਾਅਦ ਨਾ ਮੈਨੂੰ ਮੇਰੀ ਫਰੈਂਡ ਦਾ ਫੋਨ ਆ ਗਿਆ ਸੀ, ਉਹਦਾ ਦੀਪ ਅੱਜ ਨਾ ਬਰਥਡੇ ਆ, ਤਾਂ ਕਰਕੇ ਅਸੀਂ ਇੱਥੇ ਸੈਲੀਬ੍ਰੇਟ ਕਰਨ ਆ ਗਏ। ਅੱਛਾ, ਦੀਨੇ ਤਾਂ ਹੈ ਨਹੀਂ, ਤੇਰੀਆਂ ਫਰੈਂਡਸ ਕਿੱਥੇ ਨੇ? ਨਾ ਕੇਕ ਦੀਨੇ ਮੈਨੂੰ ਕਿਤੇ। ਉਹ ਫਰੈਂਡਸ, ਹਾਂ ਉਹ ਕੇਕ ਲੈਣ ਗਈਆਂ ਨੇ। ਕੇਕ ਲੈਣ ਗਈਆਂ ਨੇ? ਫਿਰ ਤੂੰ ਕਿਉਂ ਨਹੀਂ ਗਈ ਨਾਲ ਬਾਈ? ਨਾ ਨਾ ਦੀਪ, ਏਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ, ਹੁਣ ਉਹ ਚਾਰ ਜਣੀਆਂ ਤਾਂ ਪਹਿਲਾਂ ਹੀ ਸੀਗੀਆਂ, ਫਿਰ ਤੈਨੂੰ ਪਤਾ ਸਮਾਨ ਵੀ ਲਿਆਉਣਾ ਸੀਗਾ, ਫਿਰ ਮੈਂ ਤਾਂ ਇੰਨੀ ਔਖੀ ਸੌਖੀ ਆਟੋ 'ਚ ਇੱਥੇ ਆਈ ਹਾਂ, ਨਹੀਂ ਤਾਂ ਮੈਨੂੰ ਨਾਲ ਨਾ ਲਿਆਉਂਦੀ ਆਪਣੇ ਉਹ, ਤਾਂ ਕਰਕੇ ਫਿਰ ਮੈਂ ਕਿਹਾ ਚੱਲ ਮੈਂ ਇੱਥੇ ਬੈਠ ਜਾਂਦੀ ਹਾਂ। ਚੱਲ ਸ਼ੁਕਰ ਹੈ, ਤੈਨੂੰ ਪਤਾ ਉਹ ਕਾਹਤੋਂ ਗਈਆਂ ਨੇ ਅਤੇ ਤੈਨੂੰ ਕਿਉਂ ਨਹੀਂ ਲੈ ਕੇ ਗਈਆਂ? ਕਿਉਂ? ਲੈ ਕਹਿੰਦੀ ਕਿਉਂ, ਰੱਬ ਨੇ ਆਪਣਾ ਮੇਲ ਜੋ ਕਰਾਉਣਾ ਤੀ। ਮੇਲ ਕੀ ਮਤਲਬ ਹੈ ਤੇਰਾ? ਮਤਲਬ ਤਾਂ ਯਾਰ ਦੇਖ ਮੈਨੂੰ ਸਿੱਧਾ, ਤੂੰ ਬਾਹਲਾ ਅਣਜਾਣ ਨਾ ਬਣ, ਕੁੜੀਆਂ ਨੂੰ ਤਾਂ ਮੁੰਡਿਆਂ ਨਾਲੋਂ ਵੱਧ ਪਤਾ ਹੁੰਦਾ, ਕੁੜੀਆਂ ਦਾ ਕਿੰਨਾ ਤਾਂ ਦਿਮਾਗ ਤੇਜ਼ ਹੁੰਦਾ, ਤੈਨੂੰ ਪਤਾ ਨਹੀਂ ਵੀ ਮੈਂ ਤੇਰੇ ਰਾਹਾਂ 'ਚ ਕਿਉਂ ਆਉਣਾ, ਤੈਨੂੰ ਇੰਨਾ ਕੁ ਤਾਂ ਪਤਾ ਹੀ ਹੋਣਾ। ਬਸ ਦੀਪ, ਤੂੰ ਨਾ ਮੈਨੂੰ ਜ਼ਿਆਦਾ ਪਹੇਲੀਆਂ ਜਿਹੀਆਂ ਨਾ ਪਾ, ਮੈਨੂੰ ਸਿੱਧਾ ਸਿੱਧਾ ਦੱਸ ਤੇਰੇ ਕਹਿਣ ਦਾ ਮਤਲਬ ਕੀ ਆ। ਮਤਲਬ ਤਾਂ ਯਾਰ ਦੇਖ ਫਿਰ ਸਿੱਧਾ, ਜਦੋਂ ਮੈਂ ਸੌਂਦਾ ਮੈਨੂੰ ਤੇਰੇ ਸੁਪਨੇ ਆਉਂਦੇ ਨੇ, ਜਦੋਂ ਮੈਂ ਜਾਗਦਾ ਉਦੋਂ ਤੇਰੀਆਂ ਯਾਦਾਂ ਆਉਂਦੀਆਂ ਨੇ। ਦੱਸ ਕੀ ਕਰਾਂ ਮੈਂ, ਮੈਂ ਤੈਨੂੰ ਬੜਾ ਪਿਆਰ ਕਰਦਾ ਮਨੂੰ, ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ।
ਮੈਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦਾ। ਦੀਪ ਤੂੰ ਰਹੇਂਗੀ? ਤੂੰ ਮੈਂ ਹੱਥ ਛੱਡ, ਤੂੰ ਆ ਕੀ ਕਰ ਰਿਹਾ? ਹੱਥ ਨਹੀਂ ਛੱਡਦਾ ਹੁਣ ਮੈਂ, ਨਾਲੇ ਛੱਡਣ ਵਾਸਤੇ ਥੋੜੀ ਫੜਿਆ ਮੈਨੂੰ। ਦੀਪ ਮੇਰੀ ਗੱਲ ਸੁਣ ਲਾ, ਤੂੰ ਸਾਡਾ ਗਵਾਂਢੀ ਆ, ਮੇਰੇ ਭਰਾ ਦਾ ਦੋਸਤ, ਆ ਲੱਛਣ ਕਰਦਾ ਚੰਗਾ ਨਹੀਂ ਲੱਗਦਾ ਹੈਗਾ। ਓ ਯਾਰ ਲੱਛਣ ਵਾਲੀ ਕੀ ਗੱਲ ਹੈ, ਮੈਂ ਵੀ ਤੈਨੂੰ ਦਿਲੋਂ ਪਿਆਰ ਕਰਦਾ, ਐਡੀ ਕੀ ਗੱਲ ਹੈ, ਮੈਂ ਕਿਹੜਾ ਕੋਈ ਟਾਈਮ ਪਾਸ ਕਰਦਾ, ਵਿਆਹ ਕਰਾਉਂਗਾ ਤੇਰੇ ਨਾਲ। ਦੀਪ ਮੇਰੀ ਗੱਲ ਸੁਣ ਲਾ, ਲੋਕ ਦੇਖ ਰਹੇ ਨੇ, ਕਿਉਂ ਤਮਾਸ਼ਾ ਕਰੀ ਜਾਂਦਾ, ਸਾਰੇ ਆਪਣੇ ਕਹਿੰਦੇ ਦੇਖੀ ਜਾਂਦੇ, ਮੇਰੀ ਕਿਉਂ ਬੇਇੱਜ਼ਤੀ ਕਰਵਾ? ਉਹ ਦੇਖੀ ਜਾਣ ਦੇ, ਮੈਂ ਕਿਹੜਾ ਕਿਸੇ ਤੋਂ ਡਰਦਾ, ਆ ਜੇ ਕੋਈ ਮਰਜ਼ੀ। ਦੀਪ ਛੱਡ ਦੇ, ਮੈਂ ਤੈਨੂੰ ਕਹਿ ਰਹੀ ਹਾਂ। ਇਹ ਨਹੀਂ ਛੱਡਦਾ ਮੈਂ। ਦੀਪ ਛੱਡ ਦੇ, ਮੈਂ ਤੈਨੂੰ ਇੱਕ ਵਾਰੀ ਫੇਰ ਕਹਿ ਰਹੀ ਹਾਂ, ਛੱਡ ਦੇ। ਇਹ ਨਹੀਂ ਮੈਂ ਛੱਡਦਾ, ਸਾਰੀ ਉਮਰ ਆਈ ਰੱਖੂ। ਦੀਪ ਛੱਡ ਦੇ, ਤੈਨੂੰ ਸੁਣਦਾ ਨਹੀਂ ਇੱਕ ਵਾਰੀ। ਥੱਪੜ ਤਾਂ ਤੂੰ ਮਾਰ ਗਈ, ਪਰ ਇਹ ਥੱਪੜ ਤੈਨੂੰ ਮਹਿੰਗਾ ਬਹੁਤ ਪਊ। ਬਹੁਤ ਭੀੜ ਸੀ, ਮਸਾਂ ਹੀ ਲੈ ਕੇ ਆਇਆ। ਇਹ ਆ ਕਿੱਧਰ ਨੂੰ ਤੁਰੀ ਆਉਂਦੀ ਹੈ, ਇਹਦੇ ਵੀ ਪੈਰ 'ਚ ਭੌਰੀ ਆ, ਟਿੱਕ ਕੇ ਨਹੀਂ ਬਹਿੰਦੀ। ਹਾਂ ਬਿਠਾ ਕੇ ਆਇਆ ਸੀ, ਕੀ ਹੋਇਆ ਤੈਨੂੰ? ਇੰਨਾ ਕੀ ਗੱਲ ਆ, ਇੰਨਾ ਟਾਈਮ ਲੱਗਦਾ? ਉਹ ਯਾਰ ਮੈਂ ਵੀ ਕੀ ਕਰਾਂ, ਕੰਟੀਨ ਬੰਦ ਸੀ, ਉੱਥੇ ਆ ਬੇਲਪੁਰੀ ਵਾਲਾ ਖੜਾ ਸੀ, ਉਹ ਤੋਂ ਬੇਲਪੁਰੀ ਲੈ ਕੇ ਆਇਆ, ਹੁਣ ਬਣਾਉਂਦੇ ਟਾਈਮ ਤਾਂ ਲੱਗ ਹੀ ਜਾਂਦਾ ਹੈ। ਫੇਰ ਵੀ ਅਨਮੋਲ, ਇੰਨਾ ਟਾਈਮ ਥੋੜ੍ਹੀ ਲੱਗਦਾ ਹੁੰਦਾ, ਤੂੰ ਮੈਨੂੰ ਨਾਲ ਹੀ ਲੈ ਜਾਂਦਾ ਆਪਣੇ, ਮੈਨੂੰ ਉੱਥੇ ਇਕੱਲੀ ਨੂੰ ਬਿਠਾ ਕੇ ਆ ਗਿਆ। ਫੇਰ ਕੀ ਹੋ ਗਿਆ, ਨਾਲੇ ਤੂੰ ਇੰਨੀ ਘਬਰਾਈ ਜੀ ਕਿਉਂ ਫਿਰਦੀ ਆ? ਨਾ ਨਾ ਅਨਮੋਲ, ਤੈਨੂੰ ਕੀ ਲੱਗਦਾ ਮੈਂ ਘਬਰਾਈ ਹੋਈ ਆ? ਏਦਾਂ ਦਾ ਤਾਂ ਕੁਛ ਵੀ ਨਹੀਂ ਹੈਗਾ। ਨਹੀਂ ਯਾਰ ਤੂੰ ਦੱਸ ਜੇ ਕੋਈ ਟੈਨਸ਼ਨ ਆ। ਨਾ ਨਾ ਅਨਮੋਲ, ਮੈਂ ਤੈਨੂੰ ਕਹਿ ਰਹੀ ਹਾਂ ਨਾ, ਏਦਾਂ ਦੀ ਕੋਈ ਗੱਲ ਨਹੀਂ, ਉਹ ਬਸ ਸਿਰਫ ਨਾ ਪਤਾ ਨਹੀਂ ਉੱਥੇ ਬੈਠੀ ਬੈਠੀ ਜਿਹਾ ਨਾ ਮੈਨੂੰ ਕੀ ਹੋ ਗਿਆ, ਸਰ ਜਿਹਾ ਦਰਦ ਕਰਨ ਲੱਗ ਗਿਆ। ਤੂੰ ਚੱਲ, ਆਪਾਂ ਹੁਣ ਇੱਥੇ ਨਹੀਂ ਬੈਠਦੇ ਹੈਗੇ, ਘਰੇ ਚੱਲ। ਓਏ ਆ ਜਾ, ਬੇਲਪੁਰੀ ਤਾਂ ਖਾ ਲਾ। ਬੇਲਪੁਰੀ ਨੂੰ ਤੂੰ ਗੋਲੀ ਮਾਰ, ਮੈਂ ਨਹੀਂ ਖਾਣੀ ਹੋਣੀ ਹੈਗੀ। ਲੈ ਮੈਂ ਤੇਰੇ ਵਾਸਤੇ ਲੈ ਖਾਣੀ। ਯਾਰ ਇਹਨੂੰ ਚੰਗੀ ਭਲੀ ਨੂੰ ਕੀ ਹੋ ਗਿਆ, ਹੁਣ ਬੇਲਪੁਰੀ ਵੀ ਨਹੀਂ ਖਾਣੀ, ਨਾਲੇ ਭੁੱਖ ਲੱਗੀ ਸੀ, ਕੁਛ ਤਾਂ ਹੋਇਆ, ਦੱਸਦੀ ਕਿਉਂ ਨਹੀਂ? ਹੋਰ ਸੁਣਾ ਬਈ ਦੀਪ, ਕਿਵੇਂ ਆਉਣੇ ਹੋਏ? ਨਾਲੇ ਮੇਰੀ ਗੱਲ ਸੁਣ, ਤੂੰ ਤਾਂ ਪਹਿਲਾਂ ਕਾਲਜ ਗਿਆ ਸੀਗਾ, ਆ ਇੰਨੀ ਛੇਤੀ ਕਿਵੇਂ ਆ ਗਿਆ? ਉਹ ਗਿਆ ਤਾਂ ਹੈਗਾ ਸੀ ਬਈ, ਮੈਂ ਕਾਲਜ ਇੱਕ ਲੈਕਚਰ ਦਾ ਮੈਂ ਲਾ ਲਿਆ ਸੀਗਾ, ਬਾਕੀ ਇੱਕ ਲੈਕਚਰ ਲੱਗਣਾ ਨਹੀਂ ਸੀ। ਮੈਂ ਆਖਿਆ ਮਹਾਂ ਚੱਲ ਯਾਰ ਕਿੱਥੇ ਪਕਾਈ ਕਰਾਂਗੇ, ਉਦੋਂ ਫਿਰਾਂਗੇ ਹਨਾ, ਚੱਲ ਆਪਦੇ ਘਰੇ ਵਗ ਜਾਂਦੇ ਹਾਂ। ਤੇ ਬਾਕੀ ਯਾਰ ਕੋਈ ਗੱਲ ਜੀ ਤੀ ਕਰਨ ਵਾਲੀ, ਮੈਂ ਤਾਂ ਆ ਗਿਆ ਸੀਗਾ, ਮਹਾਂ ਗੱਲ ਕਰਿਆ ਮੈਂ ਬਾਈ ਨਾਲ। ਗੱਲ ਸੀ ਕਰਨ ਵਾਲੀ? ਕਿਵੇਂ, ਕੋਈ ਪੈਸੇ ਟਕੇ ਦੀ ਲੋੜ ਹੈ? ਨਾ ਨਾ ਬਾਈ, ਪੈਸੇ ਟਕੇ ਵਾਲੀ ਤਾਂ ਕੋਈ ਗੱਲ ਨਹੀਂ। ਦੱਸ ਦੇ, ਜਕਣ ਦੀ ਲੋੜ ਨਹੀਂ, ਭਾਈਆਂ ਵਰਗਾ ਤੇਰੇ ਨਾਲ ਪਿਆਰ ਲੈ ਕੇ ਜਾਣੇ ਨੇ। ਹਾਂ ਬਾਈ ਇਹ ਤਾਂ ਹੈ, ਪੈਸੇ ਟਕੇ ਤਾਂ ਕੋਈ ਲੋੜ ਨਹੀਂ ਬਾਈ, ਹੋਰ ਗੱਲ ਤੀ। ਹੋਰ ਕੀ ਗੱਲ ਹੋਈ ਭਲਾ? ਗੱਲ ਤਾਂ ਯਾਰ ਤੈਨੂੰ ਪਤਾ ਹੀ ਹੈ ਹਨਾ, ਵੀ ਅੱਜ ਕੱਲ ਜ਼ਮਾਨਾ ਕਿਹੋ ਜਿਹਾ, ਬਾਹਰ ਅੰਦਰ ਕੀ ਕੁਛ ਚੱਲਦਾ। ਉਹ ਤਾਂ ਸਾਰਿਆਂ ਨੂੰ ਪਤਾ ਹੈ, ਆ ਜਿਉਂ ਜਿਉਂ ਦਿਨ ਲੱਗਦੇ ਨੇ ਜ਼ਮਾਨਾ ਤਾਂ ਮਾੜਾ ਹੀ ਆਈ ਜਾਂਦਾ, ਮਾੜਾ ਹੀ ਆਈ ਜਾਂਦਾ ਬਾਈ। ਮੁੰਡੇ ਕੀ ਕੁੜੀਆਂ ਕੀ, ਸਾਰੇ ਇੱਕੋ ਜਿਹੇ ਹੋ ਰਹੇ ਨੇ ਬਾਈ। ਬਾਕੀ ਅਸੀਂ ਤਾਂ ਕਾਲਜ 'ਚ ਰਹਿੰਦੇ ਹਾਂ, ਸਾਨੂੰ ਤਾਂ ਪਤਾ ਲੱਗਦਾ ਹਨਾ ਵੀ ਕੌਣ ਕਿਵੇਂ ਦਾ, ਕੌਣ ਕਿਵੇਂ ਦਾ, ਮੰਡੀਰ ਕਿਵੇਂ ਹੈ, ਕੁੜੀਆਂ ਮੰਡੀਰ, ਅੱਜ ਕੱਲ੍ਹ ਤਾਂ ਸਾਰੇ ਇੱਕੋ ਜਿਹੇ ਹੋ ਰਹੇ ਨੇ। ਦੀਪ ਗੱਲ ਕੀ ਹੈ, ਮੈਨੂੰ ਗੱਲ ਦੱਸ, ਐਵੇਂ ਪਹੇਲੀਆਂ ਜਾਂ ਨਾ ਪਾ, ਜੇ ਕੋਈ ਤੇਰੇ ਦਿਲ 'ਚ ਗੱਲ ਹੈਗੀ ਆ ਤਾਂ ਮੈਨੂੰ ਦੱਸ ਦੇ। ਗੱਲ ਤਾਂ ਫਿਰ ਯਾਰ ਐਂ ਹੈ, ਦੇਖਾ ਤੈਨੂੰ ਪਤਾ ਹੈ ਨਾ, ਮੈਂ ਵੀ ਉਸੇ ਕਾਲਜ 'ਚ ਪੜ੍ਹਦਾ, ਆਪਣੀ ਕੁੜੀ ਵੀ ਉਸੇ ਕਾਲਜ 'ਚ ਪੜ੍ਹਦੀ ਹੈ ਹਨਾ, ਇਹ ਤਾਂ ਹੈ। ਤੇ ਮੈਂ ਜਿੱਥੇ ਤੱਕ ਦੇਖਿਆ ਯਾਰ, ਆਪਣੀ ਕੁੜੀ ਦੀ ਸੰਗਤ ਹੈ ਜਿਹੜੀ ਉਹ ਥੋੜ੍ਹੀ ਜਿਹੀ ਮਾੜੀ ਹੈ ਹਨਾ। ਚਲੋ ਜਿਵੇਂ ਹੈਗਾ, ਆਪਾਂ ਨੂੰ ਪਤਾ ਵੀ ਜ਼ਮਾਨਾ ਹੈ ਵੀ ਹਾਂ ਮੁੰਡੇ ਕੁੜੀਆਂ ਇਕੱਠੇ ਫਿਰੀ ਜਾਂਦੇ ਨੇ, ਕੌਣ ਪੁੱਛਦਾ, ਪਰ ਐਂ ਵੀ ਇੰਨਾ ਕੁ ਤਾਂ ਮਾੜਾ ਮੋਟਾ ਆਪਾਂ ਨੂੰ ਵੀ ਦੇਖ ਕੇ ਚੱਲਣਾ ਪੈਂਦਾ, ਕੋਈ ਦੇਖਣ ਵਾਲੇ ਨੂੰ ਤਾਂ ਨਹੀਂ ਪਤਾ ਵੀ ਕਿਵੇਂ ਆਪਾਂ, ਉਹ ਤਾਂ ਮਾੜਾ ਅੰਦਾਜ਼ਾ ਹੀ ਲਾਊ ਕਿ ਨਹੀਂ। ਇਹ ਤਾਂ ਗਲਤ ਹੀ ਹੈਗੀ ਦੀਪ, ਦੇਖਣ ਵਾਲਾ ਤਾਂ ਗਲਤ ਹੀ ਸਮਝੂਗਾ ਬਾਈ,
ਬਾਕੀ ਨਹੀਂ ਮੈਂ ਤਾਂ ਕੀ ਲੈਣਾ ਸੀਗਾ, ਕਿਵੇਂ ਮਰਜ਼ੀ ਫਿਰੇ ਕੋਈ ਕਿੱਥੇ ਫਿਰੇ, ਹਨਾ। ਮੈਂ ਤਾਂ ਆ ਗਿਆ ਦੱਸਣ ਭਾਈ, ਜੇ ਤੈਨੂੰ ਮੈਂ ਵੱਡਾ ਭਾਈ ਮੰਨਦਾ ਤੂੰ ਮੈਨੂੰ ਛੋਟਾ ਭਾਈ ਮੰਨਦਾ, ਤੈਨੂੰ ਪਤਾ ਵੀ ਭਾਈ ਹਾਂ ਮੇਰਾ ਛੋਟਾ ਭਾਈ ਕਾਲਜ 'ਚ ਪੜ੍ਹਦਾ ਵੀ ਉਹ ਆਪੇ ਦੇਖੂਗਾ, ਹਨਾ। ਮੈਂ ਆਪਦੇ ਆਪ ਦੀ ਜ਼ਿੰਮੇਵਾਰੀ ਸਮਝਦਾ ਬਾਈ, ਮੈਂ ਤੈਨੂੰ ਤਾਂ ਦੱਸਣ ਆ ਗਿਆ, ਮਾੜਾ ਜਿਹਾ ਸਕੰਜਾ ਕਸ ਤੂੰ ਆਪਣੀ ਕੁੜੀ ਤੇ ਮਾੜਾ ਜਿਹਾ, ਠੀਕ ਹੈ ਨਾ। ਪਤਾ ਕੀ ਹੈ, ਕੱਲ ਨੂੰ ਅੱਜ ਤਾਂ ਇੰਨੀ ਖੁੱਲ ਦੇ ਤੀ, ਕੱਲ ਨੂੰ ਜਾ ਕੇ ਉਹ ਹੋਰ ਵਿਗੜ ਗਈ ਤਾਂ ਫਿਰ ਔਖਾ ਹੋ ਜੂ, ਅੱਜ ਤਾਂ ਸਹੀ ਹੈ। ਚਲ ਨਾ ਨਾ ਦੀਪ, ਯਾਰ ਜਿੱਥੇ ਤੱਕ ਮੇਰਾ ਗੈਸ ਆ ਨਾ ਵੀ ਆਪਣੀ ਕੁੜੀ ਨੀ ਗਲਤੇਗੀ ਯਾਰ, ਮੇਰੀ ਭੈਣ ਤਾਂ ਬਹੁਤ ਸਿਆਣੀ ਹੈ। ਐਂ ਲੱਗਦਾ ਹੁੰਦਾ, ਪਤਾ ਕੀ ਹੈ ਵੱਡੇ ਭਾਈ, ਸਭ ਨੂੰ ਐਂ ਲੱਗਦਾ ਹੁੰਦਾ, ਇਹ ਤਾਂ ਮਿੰਟ ਲਾਉਂਦੀਆਂ ਨੇ ਬਾਈ ਪੱਗ ਰੋਲਣ ਨੂੰ, ਫਿਰ ਕੱਲ ਨੂੰ ਕੀ ਕਰੇਗਾ। ਚਲੋ ਅੱਜ ਤਾਂ ਸਹੀ ਹੈ ਤਾਂ ਦੇਖ ਲਿਆ, ਨਾ ਕਹਿ ਤੂੰ ਕੁਛ, ਨਾ ਕਹਿ ਜਮਾ ਨਾ ਰੋਕ, ਜਾਂਦੀ ਹੈ ਉੱਥੇ ਮੁੰਡਿਆਂ ਨਾਲ ਬੈਠਦੀ ਹੈ ਹੀ ਹੀ ਹਾ ਹਾ ਕਰਕੇ ਵਾਪਸ ਆ ਜਾਂਦੀ ਹੈ, ਤੈਨੂੰ ਕੀ ਪਤਾ ਲੱਗੂ ਬਈ, ਤੈਨੂੰ ਤਾਂ ਤੜਕੇ ਨੂੰ ਸੁੱਤਾ, ਉੱਠੇ ਨੂੰ ਇਹ ਪਤਾ ਲੱਗੂ ਵੀ ਕੁੜੀ ਤਾਂ ਘਰੇ ਹੈ ਨੀ, ਫਿਰ ਉਹ ਗੱਲਾਂ ਦਾ ਵੀ ਕੋਈ ਫਾਇਦਾ ਨਹੀਂ ਦੀਪ, ਤੂੰ ਸਮਝ ਮੇਰੀ ਗੱਲ ਨੂੰ, ਮਾੜਾ ਜਿਹਾ ਸਮਝਾ ਕੇ ਰੱਖ ਵੀ ਭਾਈ ਕੁੜੀਏ, ਦੇਖ ਕੇ ਆਇਆ ਜਾਇਆ ਕਰ, ਠੀਕ ਹੈ। ਬਾਕੀ ਤੂੰ ਦੀਪ ਤੂੰ ਜਾ ਯਾਰ, ਆਪਾਂ ਫਿਰ ਗੱਲ ਕਰਦੇ ਹਾਂ। ਹਾਂ ਬਾਕੀ ਤੂੰ ਆਪ ਵੀ ਸਿਆਣਾ, ਦੇਖ ਬਾਈ ਕੋਈ ਗੱਲ ਦਿਲ ਤੇ ਨਾ ਲਾਈ, ਹਨਾ। ਮੈਨੂੰ ਲੱਗਿਆ ਜੇ ਮੈਂ ਆਪਦਾ ਸਮਝਦਾ ਤੈਨੂੰ ਤਾਂ ਦੱਸਦਾ, ਮਾੜਾ ਜਿਹਾ ਸਮਝਾਈ ਕੁੜੀ ਨੂੰ। ਕੋਈ ਨਾ, ਚੰਗਾ ਬਾਈ। ਹੁਣ ਆਇਆ ਸਵਾਦ, ਤੀਲੀ ਤਾਂ ਲਾਤੀ, ਹੁਣ ਤਾਂ ਬਸ ਭਾਂਬੜ ਬਣਨਾ ਬਾਕੀ ਹੈ। ਜਿਹੜਾ ਤਾਂ ਮੈਨੂੰ ਬੋਲਿਆ ਨਾ, ਇਹ ਤਾਂ ਸਿਰਫ ਉਹਦਾ ਬਦਲਾ ਹੈ, ਅਜੇ ਥੱਪੜ ਦਾ ਬਦਲਾ ਤਾਂ ਮੈਂ ਲੈਣਾ ਹੈ। ਤੂੰ ਦੇਖਦੀ ਤਾਂ ਜਾਈ ਤੇਰੇ ਨਾਲ ਅੱਗੇ ਹੁੰਦਾ ਕੀ ਹੈ, ਤੂੰ ਕੀ ਯਾਦ ਰੱਖੇਂਗੀ ਵੀ ਪੰਗਾ ਕਿਹਦੇ ਨਾਲ ਲੈ ਲਿਆ। ਸੋਚਦੇ ਕੀ ਹੁੰਦੇ ਆ ਤੇ ਹੁੰਦਾ ਕੀ ਹੈ। ਕੁੜੀ ਜੀ ਤੂੰ ਉਮੀਦਾਂ ਤਾਂ ਕੀ ਲਾਈਆਂ ਸੀ ਵੀ ਚਲੋ ਵਧੀਆ ਪੜ੍ਹ ਲਿਖ ਜੂਗੀ, ਕੋਈ ਵਧੀਆ ਕੰਮ ਕਿੱਥੇ ਲੱਗ ਜੂ, ਪਰ ਕੀ ਪਤਾ ਸੀ ਵੀ ਕਾਲਜ ਜਾ ਕੇ ਇਹੀ ਰਚਣ ਕਰੂਗੀ। ਚੱਲ ਕੋਈ ਨਾ, ਆ ਜਾ ਕਰੂੰਗਾ। ਦੀਪ ਕਿੱਥੇ ਆ ਜੀ, ਮੈਂ ਚਾਹ ਲੈ ਕੇ ਆਈ ਸੀ। ਬਾਗਿਆ ਤਾਂ ਕਰ ਲਓ, ਗੱਲ ਕੀ ਹੋ ਗਈ, ਬੜੇ ਪਰੇਸ਼ਾਨ ਜਿਹੇ ਲੱਗ ਰਹੇ ਹੋ, ਪਹਿਲਾਂ ਤਾਂ ਠੀਕ ਸੀ ਮੂਡ ਤੁਹਾਡਾ। ਪਰੇਸ਼ਾਨ ਨਾ ਹੋਵਾਂ ਤਾਂ ਯਾਰ ਹੋਰ ਕੀ ਕਰਾਂ, ਦੱਸ ਕੇ ਗਿਆ ਮਨੂ ਬਾਰੇ ਵੀ ਕਾਲਜ 'ਚ ਕੀ ਰੰਗ ਖਲਾਉਂਦੀ ਫਿਰਦੀ ਹੈ, ਮੈਨੂੰ ਤਾਂ 10 ਦਿਨ ਵੀ ਸ਼ਰਮ ਆਉਂਦੀ ਹੈ। ਗੱਲ ਕੀ ਹੋ ਗਈ, ਪਰ ਉਹ ਤਾਂ ਦੱਸੋ ਤੁਸੀਂ। ਕੁਛ ਨਹੀਂ ਹੋਈ ਯਾਰ, ਹਾਲ ਆਇਆ ਚਾਹ ਕੇ ਚਾਹ ਚੋ ਜੀ, ਮੈਂ ਨਹੀਂ ਪੀਂਦਾ। ਮੈਨੂੰ ਆਹ ਦੱਸੋ ਗੱਲ ਕੀ ਹੋਈ ਆ। ਉਹ ਯਾਰ ਤੈਨੂੰ ਹੁਣ ਕੀ ਦੱਸਾਂ, ਉਹ ਕਾਲਜ ਦੇ ਵਿੱਚ ਆਪਣੀ ਬਦਨਾਮੀ ਕਰਾਉਂਦੀ ਫਿਰਦੀ ਹੈ, ਭਾਂਤ ਬਥੇਲੇ ਮੁੰਡਿਆਂ ਨਾਲ ਫਿਰਦੀ ਹੈ। ਖੁਸ਼ ਹੈ ਹੁਣ, ਸੁਣ ਲਿਆ। ਹੱਦ ਕਰ ਦਿਓ ਜੀ, ਆ ਤੁਸੀਂ ਕਿਹੜੀ ਪੁਰਾਣੀ ਸੋਚ 'ਚ ਬੈਠੇ ਹੋ। ਅੱਜ ਕੱਲ੍ਹ ਨਾ ਆ ਮੁੰਡੇ ਕੀ ਕੁੜੀ ਆ, ਉਹ ਸਾਰੇ ਆਪਸ 'ਚ ਦੋਸਤ ਨੇ, ਫਿਰ ਕੀ ਹੋ ਗਿਆ, ਉਹਦਾ ਕਲਾਸਮੇਟ ਹੋਊਗਾ ਕੋਈ। ਚਲੋ ਚੁੱਪ ਹੋ ਜਾ, ਮੇਰੀ ਗੱਲ ਧਿਆਨ ਨਾਲ ਸੁਣ ਲਾ, ਉਹਨੂੰ ਸਮਝਾ ਦੀ ਵੀ ਜੇ ਚੁੱਪ ਕਰਕੇ ਪੜ੍ਹਾਈ ਜਾਂਦਾ ਪੜ੍ਹਦਾ, ਨਹੀਂ ਮੈਂ ਤੋਂ ਬੁਰਾ ਕੋਈ ਨਹੀਂ। ਕੋਈ ਗੱਲ ਨਹੀਂ ਜੀ, ਤੁਸੀਂ ਟੈਨਸ਼ਨ ਨਾ ਲਓ, ਸਮਝਾ ਦੂੰਗੀ ਮੈਂ ਉਹਨੂੰ। ਉਹ ਯਾਰ ਟੈਨਸ਼ਨ ਨਾ ਲਵਾਂ ਤਾਂ ਹੋਰ ਕੀ ਕਰਾਂ, ਤੈਨੂੰ ਪਤਾ ਕਿੰਨੀ ਚ ਤਾਂ ਆਪਣੇ ਇਲਾਕੇ ਚ, ਫਿਰ ਐ ਬੋਲਣ ਨਾਲ ਵੀ ਕੁਛ ਹੋਣਾ ਨਹੀਂ ਨਾ। ਹੋਣਾ ਤਾਂ ਕਿਉਂ ਨਹੀਂ, ਫਾਹਾ ਵੜਦਾਂਗੇ ਪਰ ਉਹਦਾ। ਹੱਦ ਕਰ ਦਿਓ ਤੁਸੀਂ, ਹਲੇ ਕੁੜੀ ਦੀ ਪੜ੍ਹਾਈ ਪਈ ਆ, ਐ ਕਿਵੇਂ ਫਾਹਾ ਵੜਦਾਂਗੇ, ਨਾਲ ਇੱਕਦਮ ਜੇ ਆਪਾਂ ਵਿਆਹ ਕਰਤਾ ਲੋਕ ਕੀ ਕਹਿਣਗੇ ਆਪਾਂ ਨੂੰ। ਉਹ ਮੇਰੀ ਗੱਲ ਸੁਣ ਲੈ, ਉਹ ਤਾਂ ਘਰ ਦਾ ਮੁੰਡਾ ਸੀ ਜਿਹੜਾ ਆ ਕੇ ਦੱਸ ਗਿਆ, ਕੱਲ ਨੂੰ ਲੋਕ ਕਹਿਣਗੇ ਫਿਰ ਕੀ ਕਰਾਂਗੇ, ਨੀਵੀਆਂ ਪਾਪਾ ਲੰਘਣਾ ਪਊਗੀਆਂ ਵਿੱਚ ਦੀ। ਮੇਰੀ ਗੱਲ ਤਾਂ ਸੁਣੋ, ਗੱਲ ਸੁਣੋ, ਕੁੜੀ ਆਉਣ ਵਾਲੀ ਆ ਕਾਲਜ, ਤੁਸੀਂ ਉਹਨੂੰ ਕੁਛ ਨਹੀਂ ਕਹਿਣਾ, ਆਰਾਮ ਨਾਲ ਸਹਿ ਸਭਾ ਨਾਲ ਗੱਲ ਕਰਾਂਗੇ ਉਹਦੇ ਨਾਲ, ਠੀਕ ਹੈ ਨਾ। ਮੈਂ ਗੱਲ ਕਰੂੰਗੀ, ਤੁਸੀਂ ਟੈਨਸ਼ਨ ਨਾ ਲਓ, ਬਸ ਕਿਉਂ ਬੀ ਪੀ ਵਧਾਇਆ ਤੁਸੀਂ, ਡਾਕਟਰ 'ਤੇ ਜਾਣਾ ਪੈ ਜੂਗਾ।
ਚੱਲ ਕੋਈ ਨਾ, ਤੂੰ ਆਪੇ ਕਹਿ ਦੀ ਉਹਨੂੰ, ਹਾਲੇ ਚੱਕ ਕੇ ਮੈਂ ਨਹੀਂ ਪੀਂਦਾ ਚਾਹ। ਇਹੀ ਦਿਨ ਦੇਖਣੇ ਬਾਕੀ ਰਹਿ ਗਏ ਤੇ ਮਾੜਾ ਮੋਟਾ ਤਾਂ ਸੋਚ ਲਿਆ ਕਰੋ ਵੀ ਘਰਦਿਆਂ ਦੀ ਕੀ ਇੱਜ਼ਤ ਹੈ। ਸ਼ਾਲੂ ਆਹ ਕੀ ਕਰੀ ਜਾਂਦੀ ਹੈ ਤੂੰ? ਮਾੜਾ ਮੋਟਾ ਦਾ ਧਿਆਨ ਕਰਦਾ ਵੀ ਅੱਗੇ ਕੋਈ ਬੈਠਾ ਕਰਦਾ ਪੈਂਦਾ ਹੋਊਗਾ। ਸੋਰੀ ਜੀ, ਮੈਨੂੰ ਸੀ ਬਸ ਥੋੜ੍ਹਾ ਝਾੜੂ ਆ, ਕਾਹਨੂੰ ਤੁਹਾਨੂੰ ਉੱਠਣ ਨੂੰ ਕਹਿਣਾ, ਉਹ ਹਵਾ ਜੀ ਨਾਲ ਤੁਹਾਡੇ ਤੇ ਆ ਗਿਆ ਕੂੜਾ। ਉਹ ਕੀ ਥੋੜ੍ਹਾ ਜਿਹਾ, ਆਖਰ ਨੂੰ ਗਰਦਾ ਦੇ ਉੱਤੇ ਪੈਂਦਾ ਹੀ ਹੋਊਗਾ ਮਿੱਟੀ ਘੱਟਾ। ਜਿੰਨੀਆਂ ਪੜੀਆਂ ਨਾ ਸਾਰੀਆਂ ਖੂਹ ਖਾਤੇ ਤੇਰੀਆਂ, ਵੀ ਬੰਦੇ ਨੂੰ ਮਾੜੀ ਮੋਟੀ ਦਾਖਲ ਹੋਵੇ ਉੱਤੇ ਲੱਗ ਰਹੀ ਹੈ ਮਿੱਟੀ ਪਾਉਣਾ। ਸੋਰੀ ਜੀ, ਵੀ ਕਿਆ ਦਿੱਤਾ? ਕੀ ਸੋਰੀ ਹੈ, ਮਾੜਾ ਮੋਟਾ ਆਪੇ ਸਮਝਦਾ ਬਣ। ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੁੰਦੀ। ਨਾਲੇ ਮੇਰੀ ਗੱਲ ਸੁਣੋ, ਮੁੰਡੇ ਨਾਲ ਗੱਲ ਹੋ ਗਈ ਤੁਸੀਂ, ਸਮਝਾਇਆ ਜੀ ਉਹਨੂੰ? ਮੈਂ ਰਾਤ ਗੱਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਮੈਨੂੰ ਸਮਝ ਨਹੀਂ ਆਈ ਵੀ ਮੈਂ ਕਿਵੇਂ ਜੀ ਗੱਲ ਕਰਾਂ। ਕੋਈ ਗੱਲ ਨਹੀਂ, ਮੈਂ ਹੁਣ ਗੱਲ ਕਰ ਲੈਂਦੀ ਉਹਦਾ। ਯਾਰ ਹੁਣ ਕੀ ਗੱਲ ਕਰੇਂਗੀ ਜੋ ਤੇਰੇ ਤੋਂ ਕੱਲ੍ਹ ਨਹੀਂ ਹੋਈ, ਨਾਲੇ ਇਸ ਘਰ ਦੀ ਸਾਰੀ ਕਬੀਲਦਾਰੀ ਤੇਰੇ ਲਵੇ ਹੈ, ਜੇ ਤੂੰ ਨਹੀਂ ਸਮਝਾਏਂਗੀ ਉਹਨੂੰ ਹੋਰ ਕੌਣ ਸਮਝਾਊਗਾ? ਮਾੜਾ ਮੋਟਾ ਸਮਝਦਾ ਬਣ ਆਪੇ ਸ਼ਾਲੂ। ਜੇ ਕੋਈ ਗੱਲ ਨਹੀਂ, ਮੈਂ ਕਰ ਲੈਂਦੀ ਹਾਂ ਗੱਲ, ਮੈਂ ਹੁਣੀ ਕਰ ਲੈਂਦੀ ਹਾਂ ਜਾ ਕੇ। ਇੱਥੇ ਹੀ ਖੜ ਜਾ, ਬੋਲ ਮਾਰ ਉਹਨੂੰ ਉਰੀ ਬੁਲਾ। ਮਨੂ, ਮਨੂ, ਮਨੂ। ਹਾਂ ਭਾਬੀ, ਮੈਂ ਆਉਣ ਹੀ ਲੱਗੀ ਸੀ। ਵੀਰੇ ਮੈਂ ਜਾਂਦੀ ਹਾਂ, ਭਾਬੀ ਲੇਟ ਹੋ ਗਈ ਬਹੁਤ। ਮੈਂ ਪਹਿਲਾਂ ਮਨੂ ਖੜ ਜਾ ਇੱਥੇ, ਗੱਲ ਸੁਣ ਪਹਿਲਾਂ, ਸਮਝਾ ਇਹਨੂੰ ਹੁਣ ਮੈਂ ਕੀ ਕਹਿੰਦਾ ਚੰਗਾ ਲੱਗਦਾ। ਮਨੂ, ਤੇਰੇ ਬਾਈ ਕੋਲ ਨਾ ਕਿਸੇ ਨੇ ਗੱਲ ਕਰੀ ਸੀ ਤੇਰੇ ਬਾਰੇ, ਕਹਿੰਦੇ ਤੇਰੇ ਸੰਗਤ ਜੀ ਠੀਕ ਨਹੀਂ, ਆਹ ਤੂੰ ਮੁੰਡੇ ਨਾਲ ਫਿਰਦੀ ਰਹਿੰਦੀ ਆ, ਚੰਗਾ ਨਹੀਂ ਲੱਗਦਾ ਇਹ ਗੱਲਾਂ। ਨਾ ਨਾ ਭਾਬੀ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਨਾਲੇ ਹੁੰਦੀ ਲੋਕਾਂ ਦਾ ਕੀ ਆ, ਉਹ ਤਾਂ ਬੋਲਦੇ ਹੀ ਰਹਿੰਦੇ ਨੇ। ਹੋਰ ਬੋਲਦੇ ਹੀ ਰਹਿੰਦੇ ਨੇ, ਪਾਗਲ ਨੇ ਉਹ, ਤੂੰ ਕੱਲੀ ਸਿਆਣੀ ਹੋ ਗਈ ਜੱਗ ਤੇ, ਜਿਹੜੇ ਉਈਆਂ ਜਾਂਦੇ ਨੇ ਉਹ ਕਹਿਣ। ਮੈਨੂੰ ਮੇਰੀ ਗੱਲ ਸੁਣ ਲੈ, ਜੇ ਤਾਂ ਧਿਆਨ ਨਾਲ ਪੜ੍ਹਿਆ ਜਾਂਦਾ ਤਾਂ ਉਹ ਤਾਂ ਪੜ੍ਹਦਾ ਹੈ, ਨਹੀਂ ਕਿਤੇ ਇਹ ਨਾ ਹੋਵੇ ਤਾਂ ਜੁੱਲੀ ਬਿਸਤਰਾ ਚੁਕਾ ਦੀਏ ਉਹਨੂੰ। ਜੁੱਲੀ ਬਿਸਤਰਾ ਚੁਕਾ ਦੀਏ? ਵੀਰੇ ਤੁਸੀਂ ਕਹੀ ਕੀ ਜਾਂਦੇ ਹੋ, ਮੈਨੂੰ ਤਾਂ ਸੱਚੀ ਸਮਝ ਨਹੀਂ ਆ ਰਹੀ। ਸਮਝ ਤਾਂ ਆਜੂਗੀ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦ ਧਿਆਨ ਨਾਲ ਪੜ੍ਹਦਾ, ਜੇ ਕੋਈ ਤਰੀਕੇ ਨਾਲ ਕੰਪਲੇਂਟ ਆਉਂਦੀ ਹੈ ਨਾ, ਜਾਂ ਉੱਥੇ ਕਿਸੇ ਮੁੰਡੇ ਮਾਂਡੇ ਨਾਲ ਰਹੀ ਹਾਂ ਕਾਲਜ ਦੇ ਵਿੱਚ, ਤਾਂ ਇਹ ਸਮਝ ਨਹੀਂ ਤੇਰਾ ਵਿਆਹ ਕਰਕੇ ਉੱਥੇ ਤੋਰ ਦਾਂਗੇ। ਪਰ ਵੀਰੇ ਇੱਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਤੁਸੀਂ ਮੈਨੂੰ ਇੰਨਾ ਕਾਹਤੋਂ ਭੁੱਲ ਜਾਂਦੇ ਹੋ। ਤੇਰੇ ਚੁੱਪ ਹੋਣਾ ਹੀ ਨਾ, ਤੈਨੂੰ ਪੜ੍ਹਨ ਭੇਜਦੇ ਆ ਉੱਥੇ, ਐਸ ਪ੍ਰਸਤੀਆਂ ਕਰਨ ਨਹੀਂ, ਚੁੱਪ ਕਰਕੇ ਉੱਥੇ ਲੈਕਚਰ ਲਾ ਲਿਆ ਕਰ। ਨਹੀਂ ਜਾਂਦੀ ਉੱਥੇ ਮੁੰਡਿਆਂ ਨਾਲ, ਸਮਝਾ ਦੇ ਇਹਨੂੰ। ਵੀਰੇ ਮੇਰੀ ਚੁੱਪ ਕਰ ਜਾ। ਵੀਰੋ ਕਿੰਨਾ ਗਲਤ ਬੋਲ ਕੇ ਗਿਆ, ਦੇਖ ਲਓ ਮੈਨੂੰ। ਚੁੱਪ ਕਰ ਜਾ, ਇਸ ਟਾਈਮ ਨਾ ਤੇਰੇ ਵੀਰੋ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ, ਤੇਰੇ ਕਰਕੇ ਤਾਂ ਮੈਂ ਬਥੇਰੀਆਂ ਗਾਲਾਂ ਸੁਣ ਲੀਆਂ। ਦੇਖ ਕੁੜੀਆ, ਜੇ ਜੀ ਕੋਈ ਗੱਲ ਵੀ ਹੈਗੀ ਆ ਨਾ, ਤਾਂ ਸੁਧਰ ਜਾ, ਟਾਈਮ ਰਹਿੰਦੇ ਫਿਰ ਨਾ ਆਖੀ ਮੈਨੂੰ ਵੀ ਤੇਰੇ ਬਾਈ ਨੇ ਨਾ ਤੇਰੇ ਵਿਆਹ ਕਰਕੇ ਕਿਤੇ ਤੋਰਤਾ। ਮੈਨੂੰ ਤਾਂ ਉਹ ਕੱਲ ਹੀ ਕਹਿੰਦਾ ਸੀ ਵੀ ਹਾਂ ਇਹਦਾ ਵਿਆਹ ਕਰਕੇ ਤੋਰ ਦਿੰਦੇ ਆ, ਉਹ ਤਾਂ ਮੈਂ ਹੀ ਸਮਝਾ ਲਿਆ। ਮੈਂ ਕਿਹਾ ਕਾਹਦੇ ਵਾਸਤੇ, ਹਲੇ ਕੁੜੀ ਵੀ ਪੜ੍ਹਾਈ ਰਹਿੰਦੀ ਆ। ਦੇਖ ਜੇ ਕੋਈ ਇਹੋ ਜਿਹਾ ਲਾਂਭਾ ਫੇਰ ਤੋਂ ਆ ਗਿਆ ਨਾ, ਫਿਰ ਮੈਂ ਵੀ ਨਹੀਂ ਤੇਰੇ ਬਾਈ ਨੂੰ ਰੋਕ ਸਕਦੀ। ਭਾਬੀ ਤੈਨੂੰ ਵੀ ਮੇਰੇ ਤੇ ਯਕੀਨ ਨਹੀਂ ਹੈਗਾ, ਤੁਸੀਂ ਕਾਹਤੋਂ ਇੱਦਾਂ ਕਹੀ ਜਾਂਦੇ ਜਦ ਮੈਂ ਤੁਹਾਨੂੰ ਕਿਹਾ ਮੈਂ ਸਹੀ ਆ ਆਪਣੀ ਜਗ੍ਹਾ ਤੇ। ਦੇਖ ਮੈਨੂੰ, ਲੋਕ ਪਾਗਲ ਨਹੀਂ ਹੈਗੇ ਜਿਹੜੇ ਘਰੇ ਆ ਕੇ ਲਾਂਭੇ ਦਿੰਦੇ ਨੇ। ਚੱਲ ਮੇਰੀ ਗੱਲ ਸੁਣ। ਕੀ ਕੌਣ ਕਹਿ ਕੇ ਗਿਆ? ਦੇਖ ਮੈਨੂੰ ਇਸ ਗੱਲ ਬਾਰੇ ਕੁਛ ਨਹੀਂ ਪਤਾ, ਮੇਰੀ ਗੱਲ ਸੁਣ, ਤੂੰ ਜੋ ਹੋ ਗਿਆ ਸੋ ਹੋ ਗਿਆ, ਮੈਂ ਤੇਰੇ ਬਾਈ ਨਾਲ ਗੱਲ ਕਰਦੀ ਹਾਂ, ਸਮਝਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰਦੀ ਹਾਂ। ਜਾ ਤੂੰ ਕਾਲਜ ਵਗ ਜਾ,
ਨਾਲੇ ਮੇਰੀ ਗੱਲ ਸੁਣ, ਟਾਈਮ ਤੇ ਆ ਜੀ। ਠੀਕ ਹੈ ਬਾਬੀ। ਜਾ ਵੀਰੇ ਨੂੰ ਮਾੜਾ ਸਮਝਾ ਦਿਓ। ਮੈਂ ਆਪੇ ਸਮਝਾ ਦੂੰ ਤੇਰੇ ਬਾਈ, ਚਾਹ ਪੱਕ ਜਾ। ਦੱਸ ਇਹ ਦੋਹਾਂ ਵਿਚਕਾਰ ਨਾ ਮੈਂ ਫਸ ਕੇ ਰਹਿ ਗਈ, ਇਹਨਾਂ ਨਾਲ ਜਾ ਕੇ ਕਰਾਂ ਗੱਲ। ਮੈਡਮ ਜੀ ਦੀ ਨਹੀਂ ਸਮਝ ਆਉਂਦੀ, ਇੱਕ ਮਿੰਟ ਲੇਟ ਹੋਇਓ, ਅੰਦਰ ਪੈਰ ਵੀ ਨਹੀਂ ਰੱਖਣ ਦਿੰਦੀ। ਹੈਲੋ, ਕਿੱਧਰ ਚੱਲੀਆਂ? ਹਾਂ ਪ੍ਰੀਤ, ਕਿਵੇਂ ਆ? ਵਧੀਆ, ਇੱਧਰ ਕਿੱਧਰ ਚੱਲੀਆਂ? ਉਹ ਮੈਂ ਤਾਂ ਲੈਕਚਰ ਲਾਉਣ ਚੱਲੀ ਹਾਂ ਪ੍ਰੀਤ, ਹੋਰ ਦੱਸ ਮੈਂ ਕਿੱਥੇ ਜਾਣਾ? ਉਹ ਮੇਰਾ ਤੈਨੂੰ ਐਂ ਕਹਿੰਦਾ ਸੀ ਵੀ ਕਲਾਸ ਲਾਉਣ ਨਾ ਵਗ ਜੀ, ਮੈਂ ਹੁਣੀ ਬੇਇੱਜ਼ਤੀ ਕਰਾ ਕੇ ਹਟਿਆ ਆਪਣੀ, ਇੱਕ ਮਿੰਟ ਲੇਟ ਹੋਇਆ ਸੀਗਾ, ਬੇਇੱਜ਼ਤੀ ਕਰਕੇ ਬਾਹਰ ਕੱਢਤਾ, ਤੂੰ ਨਾ ਕਰਾ ਲਈ ਬੇਇੱਜ਼ਤੀ ਆਪਦੀ, ਰਹਿਣ ਦੇ ਲੈਕਚਰ ਲਾਉਣ ਨੂੰ, ਅਗਲਾ ਲਾ ਲਈ ਹੁਣ ਸਿੱਧਾ। ਅੱਛਾ ਪ੍ਰੀਤ, ਤੇਰੀ ਇੰਨੀ ਬੇਇੱਜ਼ਤੀ ਕਰੀ ਆ, ਹੁਣ ਮੈਂ ਜਾਵਾਂ ਕਿ ਨਾ ਜਾਵਾਂ? ਤੂੰ ਨਾ ਵਗ ਜੀ, ਤੇਰੇ ਕਿਹੜਾ ਫੁੱਲਾਂ ਦੇ ਹਾਰ ਪਾਊਗੀ, ਰਹਿਣ ਦੇ ਛੱਡ ਪਰੇ ਲੈਕਚਰ ਲਾਉਣ ਨੂੰ। ਫਿਰ ਹੁਣ ਮੈਂ ਕੀ ਕਰਾਂ? ਕਰਨਾ ਕੀ ਆ, ਮੇਰਾ ਚੱਲਿਆ ਕੰਟੀਨ 'ਚ ਬੈਠਣ, ਤੂੰ ਵੀ ਆਪਦਾ ਇੱਧਰ ਉੱਧਰ ਬਹਿ ਜਾਈ ਕਿਤੇ, ਜੇ ਮੇਰੇ ਨਾਲ ਚੱਲਣਾ ਦੇਖ ਲੈ, ਕੰਟੀਨ 'ਚ ਬਹਿ ਜਾਂਦੇ ਜਾ ਕੇ। ਨਾ ਨਾ ਕੋਈ ਗੱਲ ਨਹੀਂ, ਚੱਲ ਠੀਕ ਆ, ਫਿਰ ਅਗਲੇ ਲੈਕਚਰ 'ਚ ਮਿਲਦੇ ਹਾਂ। ਚੰਗਾ ਚੱਲ ਕੋਈ ਨਹੀਂ, ਹੁਣ ਆਹ ਲੈਕਚਰ ਤਾਂ ਮਿਸ ਹੋ ਗਿਆ, ਮੈਂ ਵੀ ਹੁਣ ਇੱਥੇ ਕਿਤੇ ਜਾ ਕੇ ਬਹਿ ਜਾਂਦੀ ਹਾਂ, ਅਗਲਾ ਲੈਕਚਰ ਲਾ ਲੂੰਗੀ। ਮੰਨੂ, ਤੂੰ ਅੱਜ ਇੱਥੇ ਕਿਵੇਂ? ਲੈਕਚਰ ਨਹੀਂ ਲਾਉਣਾ? ਅੱਗੇ ਮੈਨੂੰ ਤਾਂ ਬੜੀਆਂ ਸਲਾਹਾਂ ਦਿੰਦੀਆਂ ਵੀ ਪੜ੍ਹ ਲਿਆ ਕਰ, ਕਰ ਲਿਆ ਕਰ, ਕੀ ਗੱਲ ਅੱਜ ਤੂੰ ਇੱਥੇ ਕਿਵੇਂ? ਨਾ ਨਾ ਅਨਮੋਲ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਲੈਕਚਰ ਤਾਂ ਮੈਂ ਲਾਉਣਾ ਹੀ ਸੀ, ਅੱਜ ਮੈਂ ਫੇਰ ਲੇਟ ਹੋ ਗਈ। ਉਹ ਤਾਂ ਚੱਲ ਠੀਕ ਹੈ, ਪਰ ਮੈਂ ਤੈਨੂੰ ਸਵੇਰ ਦੇ ਕਿੰਨੇ ਫੋਨ ਕਰਤੇ, ਤੂੰ ਚੱਕਦੀ ਕਿਉਂ ਨਹੀਂ? ਕੁਛ ਨਹੀਂ, ਇਹ ਜੀ ਤਾਂ ਕੋਈ ਗੱਲ ਨਹੀਂ, ਬਸ ਮੇਰਾ ਮਨ ਜਿਹਾ ਨਹੀਂ ਠੀਕ ਹੈਗਾ। ਦੇਖ ਯਾਰ, ਤੂੰ ਮੈਨੂੰ ਦੱਸ ਸਕਦੀ ਆ ਕੋਈ ਵੀ ਗੱਲ ਆ, ਤੂੰ ਕੱਲ ਵੀ ਐਵੇਂ ਟੈਨਸ਼ਨ 'ਚ ਚੱਲੀ ਗਈ, ਕੁਛ ਦੱਸ ਕੇ ਨਹੀਂ ਗਈ, ਤੂੰ ਮੈਨੂੰ ਦੱਸ ਸਕਦੀ, ਆਪਾਂ ਵਧੀਆ ਫਰੈਂਡ ਆ। ਅਨਮੋਲ ਚੱਲ, ਜੇ ਤੂੰ ਇੰਨੀ ਜਿੱਦ ਕਰ ਰਿਹਾ ਤਾਂ ਮੈਨੂੰ ਦੱਸਣਾ ਹੀ ਪੈਣਾ ਤੈਨੂੰ, ਗੱਲ ਤਾਂ ਇਹ ਹੋਈ ਆ, ਪਤਾ ਨਹੀਂ ਵੀਰੇ ਨੂੰ ਕੀ ਹੋਇਆ ਹੋਇਆ ਕੀ ਨਾ, ਮਤਲਬ ਸਵੇਰੇ ਸਵੇਰੇ ਬਹੁਤ ਗੁੱਸੇ 'ਚ ਉਹਨਾਂ ਨੇ ਮੇਰੇ ਨਾਲ ਗੱਲ ਕਰੀ, ਅੱਜ ਤੱਕ ਵੀਰਾ ਕਦੇ ਮੇਰੇ ਨਾਲ ਇੱਦਾਂ ਬੋਲਿਆ ਨਹੀਂ ਸੀ ਜਿੱਦਾਂ ਦਾ ਵੀਰੇ ਨੇ ਮੇਰੇ ਨਾਲ ਅੱਜ ਬਿਹੇਵ ਕੀਤਾ, ਪਤਾ ਨਹੀਂ ਮੈਨੂੰ ਇਹੋ ਜਿਹੀਆਂ ਗੱਲਾਂ ਸਮਝਾਉਣ ਲੱਗ ਗਏ ਵੀ ਹਾਂ ਕੁੜੀਏ ਤੂੰ ਕੋਈ ਗਲਤ ਕੰਮ ਨਾ ਕਰੀ, ਵੀ ਕਿਸੇ ਗਲਤ ਚੱਕਰ 'ਚ ਨਾ ਪੈ ਜੀ, ਵੀ ਸਾਡੀ ਬਹੁਤ ਬਦਨਾਮੀ ਹੋਊਗੀ। ਮੈਨੂੰ ਸੱਚੀ ਅਨਮੋਲ, ਮੈਂ ਸੌਂਹ ਖਾ ਕੇ ਕਹਿੰਦੀ ਹਾਂ, ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਨਾ ਮੈਂ ਸੱਚੀ ਗਲਤ ਹੁੰਦੀ ਹਾਂ ਅਤੇ ਵੀਰਾ ਮੈਨੂੰ ਹੀ ਸੁਣਾ ਰਿਹਾ, ਪਰ ਅਨਮੋਲ ਤੈਨੂੰ ਵੀ ਪਤਾ ਵੀ ਮੈਂ ਕਿੱਦਾਂ ਦੀ ਹਾਂ ਕਿੱਦਾਂ ਦੀ ਨਾ, ਮੈਂ ਤਾਂ ਇਹੋ ਜਿਹਾ ਕੁਛ ਕਦੇ ਸੋਚਿਆ ਵੀ ਨਹੀਂ ਹੈਗਾ। ਬਸ ਅਨਮੋਲ ਇਹੀ ਕਾਰਨ ਆ ਜਿਹਦੇ ਕਰਕੇ ਮੈਂ ਤੇਰੇ ਤੋਂ ਦੂਰ ਦੂਰ ਜਾ ਰਹੀ ਹਾਂ ਹੁਣ। ਯਾਰ ਫਿਰ ਇਹਦੇ ਵਿੱਚ ਦੂਰ ਜਾਣ ਵਾਲੀ ਕੀ ਗੱਲ ਆ, ਆਪਾਂ ਤਾਂ ਇੱਕ ਵਧੀਆ ਫਰੈਂਡ ਆ, ਆਪਾਂ ਇੱਕ ਦੋਸਤ ਆ, ਇਹਦੇ ਵਿੱਚ ਗਲਤ ਕੀ ਆ? ਮੈਂ ਮੰਨਦੀ ਆ, ਅੱਖ 'ਚ ਪਤਾ ਨਹੀਂ ਕੀ ਪੈ ਗਿਆ। ਇੱਕ ਮਿੰਟ ਮੈਂ ਦੇਖਦਾ, ਖੜ ਜਾ। ਓਏ ਆ ਗਿਆ ਬਾਪੂ, ਇਧਰਲੇ ਗੇਟ ਹੀ ਆ। ਓਏ ਖੜੀ 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 ਕਰਦਾ ਕਰਦਾ ਥੋੜੀ ਪਾਨੂੰ ਆ, ਕਾਲਜ 'ਚ ਸ਼ਰਿਆਵੇਂ ਪਿਆਰ ਦੀਆਂ ਪਿੰਗਾਂ ਪਈ ਜਾਂਦੀਆਂ ਨੇ ਯਾਰ, ਸ਼ਰਮ ਨਹੀਂ ਆਉਂਦੀ ਹੈਗੀ, ਕੁੜੀ ਜੀ ਹੋਈ ਕਿਹੜੀ? ਉਹ ਤੁਹਾਡੀ ਭੈਣ ਨੂੰ, ਉਹ ਤਾਂ ਮਨੂ ਹੈ। ਮੇਰੇ ਮੂਹਰੇ ਕਿੰਨੀ ਭੋਲੀ ਬਣਦੀ ਤੀ, ਮੈਂ ਕਾਲਜ ਜਾਣਾ, ਮੈਂ ਲੈਕਚਰ ਲਾਉਣਾ, ਮੈਂ ਕਰਨਾ, ਉਰੇ ਆਹ ਕਰਤੂਤਾਂ ਖੰਡਿਆਉਂਦੀ ਹੈ। ਖੜ ਜਾ ਤੂੰ, ਤੈਨੂੰ ਤਾਂ ਮੈਂ ਦੱਸਦਾ, ਆ ਲੈ ਥੱਪੜ ਮਾਰਿਆ ਤੀ ਨਾ, ਤੈਨੂੰ ਕਿਹਾ ਤੀ ਥੱਪੜ ਦਾ ਬਦਲਾ ਲਊਂਗਾ, ਹੁਣ ਆਊਗਾ ਸਵਾਦ, ਤੂੰ ਦੇਖਦੀ ਜਾਈ ਤੇਰੇ ਨਾਲ ਹੁੰਦਾ ਕੀ ਕੀ ਹੈ। ਦੇਖ ਮੈਨੂੰ ਹੁਣ ਠੀਕ ਆ? ਹਾਂ
ਪਤਾ ਨਹੀਂ ਇਹੋ ਜਿਹੇ ਮੱਛਰ ਪਿਆ ਜਾਨ ਹੀ ਕੱਢਤੀ। ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਕਰ, ਨਾਲੇ ਯਾਰ ਤੂੰ ਤਾਂ ਮੇਰੀ ਭੈਣਾਂ ਵਰਗੀ ਦੋਸਤ ਆ, ਮੈਂ ਤਾਂ ਉਹੀ ਤੇਰੇ ਨਾਲ ਫਰੈਂਕਲੀ ਹੋ ਜਾਂਦਾ। ਮੈਨੂੰ ਪਤਾ ਅਨਮੋਲ, ਪਰ ਤੈਨੂੰ ਪਤਾ ਦੁਨੀਆਂ ਦਾ ਮੂੰਹ ਤਾਂ ਨਹੀਂ ਫੜਿਆ ਜਾਂਦਾ ਹੈਗਾ, ਲੋਕ ਤਰ੍ਹਾਂ ਤਰ੍ਹਾਂ ਦੀ ਗੱਲਾਂ ਬਣਾਉਣ ਲੱਗ ਜਾਂਦੇ ਆ, ਇੱਕ ਮੈਨੂੰ ਵੀਰੇ ਨੇ ਗੱਲਾਂ ਕਹਿਤੀ ਬਸ। ਚੱਲ ਕੋਈ ਨਾ ਯਾਰ ਤੂੰ ਟੈਨਸ਼ਨ ਨਾ ਲੈ ਕਰ, ਅੱਜ ਆਪਾਂ ਕਲਾਸ ਲਾਉਣ ਚੱਲਦੇ ਆ ਦੂਜੀ। ਹਾਂ ਦੀਪ ਕੀ ਗੱਲ ਹੋ ਗਈ, ਘਰੇ ਬੁਲਾ ਲਿਆ? ਗੱਲ ਤਾਂ ਬਾਈ ਤੈਨੂੰ ਕੀ ਦੱਸਾਂ ਯਾਰ, ਉਹੀ ਹੋ ਗਈ ਜਿਹਦਾ ਡਰ ਸੀ। ਡਰ ਸੀ ਕਿਉਂ, ਕੀ ਹੋਇਆ? ਮੈਨੂੰ ਲੱਗਦਾ ਬਾਈ ਤਾਂ ਮਨੂ ਨੂੰ ਚੰਗੀ ਤਰ੍ਹਾਂ ਸਮਝਾਇਆ ਨਹੀਂ। ਨਾ ਯਾਰ ਮੈਂ ਤਾਂ ਮਨੂ ਅੱਜ ਚੰਗੀ ਤਰ੍ਹਾਂ ਖੜਕਾ ਕੇ ਭੇਜੀ ਹੈ। ਦੇਖ ਲਿਆ ਮੈਂ ਖੜਕਾ ਕੇ ਭੇਜੀ ਹੈ, ਉੱਥੇ ਰੰਗ ਰਲੀਆਂ ਬਣਾਉਂਦੀ ਫਿਰਦੀ ਆ ਬਾਈ ਕਾਲਜ ਚ ਮੁੰਡਿਆਂ ਨਾਲ। ਤੈਨੂੰ ਮੈਂ ਕਿਉਂ, ਉਹ ਤੂੰ ਕਿਤੇ ਉਹੀ ਬੋਲ ਰਿਹਾ ਹੋਣਾ, ਉਹ ਤੇਰੇ ਕੋਈ ਹੋਰ ਕੁੜੀ ਦੇਖ ਲਈ ਹੋਣੀ ਤੇ ਤੂੰ ਦੋਸ਼ ਲਾਈ ਜਾਂਦਾ ਮਨੂ ਤੇ। ਯਾਰ ਬਾਈ ਸੌ ਲੱਗੇ, ਮੈਨੂੰ ਆਪ ਨੂੰ ਨੀ ਯਕੀਨ ਸੀ ਵੀ ਆਪਣੀ ਮਨੂ ਇਹੋ ਜਿਹੀ ਨਿਕਲ ਜੂਗੀ, ਪਰ ਮੈਂ ਉਦੋਂ ਆਪਦੇ ਅੱਖੀਂ ਦੇਖਿਆ ਯਾਰ, ਮੈਂ ਖੜੇ ਦਾ ਖੜਿਆ ਰਹਿ ਗਿਆ ਉੱਥੇ। ਚੱਲ ਮੈਂ ਤਾਂ ਉਹ ਤੜਕੀ ਖੜਕਾਤਾ ਸੀ, ਤੈਨੂੰ ਕਿਉਂ ਵਹਿਮ ਹੋ ਗਿਆ ਯਾਰ, ਐਵੇਂ ਦੀ ਗੱਲ ਥੋੜੀ ਹੁੰਦੀ ਹੈ। ਬਾਈ ਤੂੰ ਇੱਕ ਮਿੰਟ ਕੱਢ ਜਾ, ਤੈਨੂੰ ਨਹੀਂ ਨਾ ਯਕੀਨ ਆਉਂਦਾ ਮੇਰੇ ਤੇ, ਮੈਨੂੰ ਪਤਾ ਸੀ ਤੇਰਾ ਵੀ ਤੈਂ ਯਕੀਨ ਕਰਨਾ ਨਹੀਂ, ਮੈਂ ਇਸੇ ਗੱਲ ਦਾ ਮਾਰਾ ਨਾ ਸਬੂਤ ਲੈ ਕੇ ਆਇਆ। ਦੇਖ ਪਛਾਣ ਭਲਾ ਆਪਣੀ ਮਨੂ ਹੈ। ਕਿਉਂ ਤੈਨੂੰ ਕੀ ਕਿਹਾ ਤੀ ਬਾਈ ਮੈਂ, ਆਪਣੇ ਘਰ ਦੀ ਇੱਜ਼ਤ ਹੈ ਤਾਂ ਹੀ ਕਹਿੰਦਾ ਤੀ, ਨਹੀਂ ਮੈਨੂੰ ਕੀ ਲੋੜ ਤੀ। ਇਸ ਹੱਦ ਤੱਕ ਗਿਰ ਜੂਗੀ ਉਹ? ਗਿਰ ਜੂਗੀ ਕੀ ਬਾਈ, ਉਹ ਤਾਂ ਗਿਰ ਗਈ। ਮੈਂ ਕੀ ਸੋਚਦਾ ਤੀ ਤੇ ਆਪ ਕੀ ਨਿਕਲੀ, ਇਹੀ ਤਾਂ ਗੱਲ ਹੈ ਬਈ ਅੱਜ ਕੱਲ ਕੋਈ ਨਹੀਂ ਆਈ। ਮੈਂ ਕਰਦਾ ਜਾ ਕੇ ਗੱਲ ਉਹਦੇ ਨਾਲ। ਹੁਣ ਆਇਆ ਸਵਾਲ, ਜਿਹੜੀ ਤੀਲੀ ਲਾਈ ਤੀ ਭਾਂਬੜ ਵੀ ਮੱਚ ਗਿਆ ਸੀ, ਅਸਲ ਤਾਂ ਹੁਣ ਬਣੀ ਹੈ ਅੱਗ ਉਹਦੀ। ਕੋਈ ਨਹੀਂ ਹੁਣ ਦੇਖਦਾ ਇਹ ਅੱਗ ਕਿੰਨੀ ਕੁ ਤਬਾਹੀ ਮਚਾਊਗੀ, ਜੇ ਮੇਰੀ ਨਹੀਂ ਨਾ ਹੋ ਸਕੀ ਹੁਣ ਤੈਨੂੰ ਮੈਂ ਫਿਰ ਕਿਸੇ ਹੋਰ ਦੇ ਵੀ ਦਿੰਦਾ, ਆਉਣਾ ਤਾਂ ਤੈਨੂੰ ਆਖਰ ਨੂੰ ਮੇਰੇ ਲਈ ਤੂੰ। ਤੈਨੂੰ ਨੀ ਪਤਾ ਸ਼ਾਲੂ ਕੀ ਗੱਲ ਹੋਈ ਹੈ, ਜਿਹੜੀ ਮੇਰੇ ਦਿਮਾਗ ਚ ਨਾ ਸਾਲੇ ਨੇ ਮਾਰਨ ਵਾਲਾ ਕਰ ਰੱਖਿਆ। ਕੋਈ ਗੱਲ ਨੀ ਆ ਜਾਂਦੀ ਹੈ ਕੁੜੀ, ਮੇਰੀ ਗੱਲ ਸੁਣੋ, ਵੀਰੇ ਕੀ ਕੀ ਗੱਲ ਹੋ ਗਈ? ਵੀਰੇ ਮੇਰੇ ਤੁਸੀਂ ਕਿਉਂ ਮਾਰਿਆ, ਮੈਂ ਕੀ ਕੀਤਾ? ਨਾ ਜੇ ਪੁੱਛਦੀ ਹੈ ਵੀ ਕੀ ਕੀਤਾ, ਜੇ ਮੇਰਾ ਬੱਚ ਨਹੀਂ ਨਾ ਗੱਲ ਘੋੜਦਾ ਤੇਰਾ। ਕਿਉਂ ਨੱਚੀ ਬੋਲ ਰਿਹਾ, ਕਿਉਂ ਆਂਟ ਗਵਾਂਢੀ ਨੂੰ ਸੁਣਾ ਰਹੇ ਹੋ ਤੁਸੀਂ? ਉਹ ਸੁਣ ਜਾਣਦੇ ਯਾਰ, ਜਦੋਂ ਕਹਿੰਦਾ ਨਿਕਲ ਕੇ ਬਾਕੀ ਉਦੋਂ ਕਹਿੰਦਾ ਗਵਾਂਢੀ ਨੂੰ ਪਤਾ ਹੀ ਲੱਗੂਗਾ, ਸਰ ਤੜਪ ਤੜਪ ਕੇ ਮਰ ਜਾਂਗੇ ਉਹਰੇ, ਕਿਸ ਨੂੰ ਮੂੰਹ ਦਿਖਾਉਣ ਤੋਂ ਕਹੀ ਰਹਿਣੇ ਅਸੀਂ, ਕਿਹੜੀਆਂ ਕਰਤੂਤਾਂ ਕਰਦੀ ਫਿਰਦੀ ਆ ਤੂੰ। ਵੀਰੇ ਮੈਂ ਕੀ ਕੀਤਾ ਕੀ ਆ, ਮੈਨੂੰ ਇਹ ਤਾਂ ਦੱਸ। ਅਜੇ ਪੁੱਛਦੀ ਕੀ ਕੀਤਾ, ਦੋ ਮਾਰੇ ਨਾ ਹੁੱਟ ਕੇ ਕੇ ਸਾਰੀ ਸੁੱਤਾ ਜੂਗੀ। ਅਜੇ ਪੁੱਛਦੀ ਆ ਕੀ ਕੀਤਾ, ਨਾ ਮੁੰਡਾ ਅਨਮੋਲ ਕੌਣ ਆ ਉਹ? ਕੌਣ ਅਨਮੋਲ ਵੀਰੇ? ਅਜੇ ਪੁੱਛਦੀ ਆ ਕੌਣ ਜਿਹਦੇ ਨਾਲ ਰੰਗ ਲੜੀਆਂ ਬਣਾਉਂਦੀ ਫਿਰਦੀ ਹੈ, ਉਹ ਅਨਮੋਲ ਆ? ਵੀਰੇ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਅੱਛਾ ਦੇਖ ਲੈ ਫੋਟੋ ਆਈਆਂ ਨੇ, ਇਹ ਤੂੰ ਤੇ ਹੋਰ ਕੀ ਹੋਊਗਾ ਸੱਚ, ਇਹਦਾ ਮੂੰਹ ਝੂਠੇ ਬੋਲੂਗੀ।
ਕੀ ਸੱਚ ਬੋਲਦੀ ਹੈ ਤੂੰ ਤੂੰ ਕੋਈ ਗੱਲ ਨਹੀਂ ਹੈਗੀ ਨਹੀਂ ਕੋਈ ਗੱਲ ਨਾਲੇ ਹੋਰ ਤੂੰ ਡੈ ਜਾ ਮੇਰੀ ਅੱਖ ਤੋਂ ਦੂਰ ਨਹੀਂ ਮਰ ਜੂਗੀ ਇਹ ਵੀਰ ਉਹ ਮਰੇਗੀ ਇੱਥੇ ਚੱਲ ਅੰਦਰ ਬਸ ਕੀ ਕਰੋ ਹੁਣ ਛੱਡ ਦੋ ਗੁੱਸੇ ਨੂੰ ਨਾ ਕੁਛ ਖਾਧਾ ਨਾ ਕੁਛ ਪੀਤਾ ਕਿ ਅੰਦਰ ਆਪਦੇ ਵਿਆਹ ਘੋਲੀ ਜਾਂਦੇ ਹੋ ਸੁਣੋ ਜਵਾਬ ਤਾਂ ਦੇ ਦੋ ਕੋਈ ਗੱਲ ਦਾ ਕੀ ਜਵਾਬ ਦੇਵਾਂ ਤੈਨੂੰ ਸ਼ਾਲੂ ਜੋ ਜਵਾਨ ਭੈਣਾਂ ਨਾ ਬਾਹਰ ਭਾਈ ਦੇ ਸਿਰ ਚ ਵਿੱਚ ਮਿੱਟੀ ਪਾਉਂਦੀ ਆਪਣੀ ਜਾਣੋ ਤਾਂ ਭਾਈਆਂ ਰੋਟੀ ਕਿੱਥੇ ਹਾਜ਼ਮ ਹੁੰਦੀ ਹੈ ਅੱਜ ਤਾਂ ਮੈਨੂੰ ਇੱਕ ਬੰਦੇ ਨੇ ਦੱਸਿਆ ਕੱਲ ਨੂੰ 50 ਹੋਰ ਕਹਿਣਗੇ ਫਿਰ ਕੀ ਕਰਾਂਗੇ ਹੁਣ ਘਰੇ ਤਾਂ ਬਿਠਾ ਲਿਆ ਸੋਨੇ ਉਹਨੂੰ ਇਸ ਤੋਂ ਵੱਧ ਕੀ ਹੋਰ ਕੀ ਕਰੋਗੇ ਤੁਸੀਂ ਆ ਦੇਖ ਲੈ ਤੂੰ ਵੀ ਦੇਖ ਲੈ ਬਸ ਜੀ ਮੈਂ ਨਹੀਂ ਕੁਛ ਵੀ ਦੇਖਣਾ ਕਿਹੋ ਜਿਹੀਆਂ ਫੋਟੋਆਂ ਭੇਜੀਆਂ ਨੇ ਨਾਲੇ ਸ਼ਾਲੂ ਮੇਰੀ ਗੱਲ ਸੁਣੋ ਉਹਨੂੰ ਕਹਿ ਦੇ ਕੱਲ ਤੋਂ ਕਾਲਜ ਕੁਲਜ ਜਾਣ ਦੀ ਲੋੜ ਨਹੀਂ ਆਪਦਾ ਚੁੱਪ ਕਰਕੇ ਘਰੇ ਬੈਠੇ ਘਰੋਂ ਬਾਹਰ ਪੈਰ ਬਣਾ ਪੱਟੇ ਕੋਈ ਗੱਲ ਕਹਿ ਦਿੰਦੀ ਆ ਬਸ ਤੁਸੀਂ ਸ਼ਾਂਤ ਰਹੋ ਜੇ ਉਹਨੇ ਘਰੋਂ ਪੈਰ ਪੱਟਣ ਦੀ ਸੋਚ ਲਈ ਨਾ ਥੋਂ ਪੱਟ ਕੇ ਨਾ ਪੂਰੀ ਦੱਬ ਦੂ ਪੂਰੀ ਚੰਗਾ ਕੀ ਕਰਾਂ ਹੁਣ ਮੈਂ ਆ ਕਿਹਦਾ ਫੋਨ ਆ ਗਿਆ ਹੈਲੋ ਹੈਲੋ ਹਾਂਜੀ ਕੌਣ ਅਨਮੋਲ ਬੋਲਦੇ ਹਾਂ ਹਾਂਜੀ ਤੁਸੀਂ ਕੌਣ ਮੈਂ ਮੰਮੀ ਦੇ ਪਾਪੀ ਬੋਲਦੀ ਓ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣੀ ਮਨੂ ਕਿਉਂ ਨਹੀਂ ਆ ਰਹੀ ਇੰਨੇ ਦਿਨ ਤੋਂ ਨਾ ਉਹ ਫੋਨ ਚੱਕਦੀ ਆ ਕੀ ਹੋ ਗਿਆ ਜੀ ਗੱਲ ਐਵੇਂ ਆ ਮਨੂ ਦੇ ਭਰਾ ਦੇ ਦਿਮਾਗ 'ਚ ਨਾ ਕਿਸੇ ਨੇ ਸ਼ੱਕ ਦਾ ਕੀੜਾ ਪਾਤਾ ਵੀ ਤੁਹਾਡੇ ਤੇ ਮਨੂ ਦੇ ਵਿੱਚ ਕਰ ਕੋਈ ਗੱਲ ਬਾਤ ਆ ਇਸੇ ਗੱਲ ਕਰਕੇ ਇਹਦੇ ਭਾਈ ਨੇ ਇਹਨੂੰ ਨਾ ਕਾਲਜ ਜਾਣਾ ਹਟਾਤਾ ਤੇ ਗੱਲ ਇੱਕ ਹੋਰ ਵੀ ਆ ਦਰਅਸਲ ਇਹਦੇ ਪਰਸੋਂ ਨੂੰ ਨਾ ਅਸਾਈਨਮੈਂਟਸ ਇਹਨੇ ਜਮ੍ਹਾਂ ਕਰਾਉਣੀਆਂ ਨੇ ਅਤੇ ਇਹ ਕਾਲਜ ਆ ਨਹੀਂ ਰਹੀ ਉਹਦੇ ਕਰਕੇ ਇਹਦਾ ਕੁਛ ਵੀ ਕੰਮ ਪੂਰਾ ਨਹੀਂ ਹੈਗਾ ਜੇ ਤੁਸੀਂ ਅਸਾਈਨਮੈਂਟਸ ਫੜਾ ਦਿਓ ਤੁਸੀਂ ਆਪਦੇ ਵਾਲੀਆਂ ਨੂੰ ਹਾਂਜੀ ਹਾਂਜੀ ਕੋਈ ਨਹੀਂ ਮੈਂ ਫੜਾ ਜੂੰਗਾ ਮੈਂ ਵੀ ਉਹਨੂੰ ਫੋਨ ਕਰਕੇ ਕਹਿ ਨਹੀਂ ਲੱਗਿਆ ਸੀ ਪਰ ਉਹਦਾ ਫੋਨ ਹੀ ਬੰਦ ਆਉਂਦਾ ਸੀ ਠੀਕ ਹੈ ਜੀ ਬਾਕੀ ਘਰ ਤਾਂ ਤੁਹਾਨੂੰ ਪਤਾ ਹੀ ਹੋਣਾ ਹਾਂਜੀ ਹਾਂ ਕੋਈ ਗੱਲ ਨਹੀਂ ਆ ਜਾਓ ਫਿਰ ਦੱਸ ਇੰਨਾ ਭਲੇ ਮਾਨਸ ਮੁੰਡਾ ਇਹਨਾਂ ਦੇ ਦਿਮਾਗ 'ਚ ਨਾ ਤੈਨੂੰ ਕੀ ਸ਼ੱਕ ਦਾ ਕੀੜਾ ਪਹੁੰਚਿਆ ਚੱਲ ਕੋਈ ਨਾ ਬਸ ਇਹਨਾਂ ਨੂੰ ਪਤਾ ਨਾ ਲੱਗ ਜਾਵੇ ਮੁੰਡਾ ਘਰੇ ਆਇਆ ਸੀ ਬਸ ਪ੍ਰੈਕਟੀਕਲ ਜੀ ਫੜਾਵੇ ਅਸਾਈਨਮੈਂਟਾਂ ਫੜਾਵੇ ਅਤੇ ਭੱਗ ਜੇ ਕਰਜ਼ਾ ਤਾਂ ਇਹੀ ਲੱਗਦਾ ਹਾਂ ਮੂਹ ਨਹੀਂ ਲੱਗਦਾ ਯਾਰ ਮੈਨੂੰ ਸਾਡੇ ਕਾਲਜ ਵਾਲਾ ਤੂੰ ਡੀਪਨ ਜਮੀ ਕਾਲਜ ਉਗਾ ਰਿਹਾ ਇਹਨੂੰ ਕਾਲਜ ਜਾਣੋ ਹਟਾਤਾ ਹੁਣ ਘਰੇ ਲੱਗ ਗਈ ਸੱਦਣਾ ਇਹਨਾਂ ਨੂੰ ਡਰੇ ਨਹੀਂ ਯਾਰ ਕਿਸੇ ਦਾ ਤਾਂ ਮੇਰੇ ਸਾਲੇ ਨੂੰ ਮੈਂ ਕਰਾਉਣਾ ਆਸ਼ਕੀ ਹੈਲੋ ਕੀ ਹਾਲ ਆ ਬਈ ਸੇਮੀ ਉਹ ਮੈਂ ਕਹਿੰਦਾ ਤੀ ਯਾਰ ਆਪਣੇ ਘਰੇ ਬੰਦਾ ਆ ਰਿਹਾ ਉਹੀ ਹਾਂ ਹਾਂ ਉਹੀ ਬੰਦਾ ਜਿਹੜਾ ਰੰਗ ਰਲੀਆਂ ਮਨਾਉਂਦਾ ਸੀਗਾ ਆਪਣੀ ਮਨੂ ਨਾਲ ਹਾਂ ਘਰੇ ਆ ਰਿਹਾ ਤੂੰ ਛੇਤੀ ਆ ਜਾ ਮੈਂ ਆਪ ਪੜਦਾ ਦੇਖਿਆ ਕਿ ਮੈਂ ਬਾਹਰ ਹੀ ਖੜਾ ਕੋਈ ਨਾ
ਠੀਕ ਹੈ ਆ ਜਾ ਮੈਂ ਕਰਾਉਣਾ ਸਾਰੇ ਸਾਨੂੰ ਆਸ਼ਕੀ। ਅਨਮੋਲ ਬਾਕੀ ਮੈਨੂੰ ਮਾਫ ਕਰੀ, ਮੈਨੂੰ ਵੀ ਚੰਗਾ ਨਹੀਂ ਲੱਗ ਰਿਹਾ ਵੀ ਤੂੰ ਬਿਨਾਂ ਚਾਹ ਪਾਣੀ ਪਿੱਤੇ ਜਾ ਰਿਹਾ। ਨਹੀਂ ਨਹੀਂ ਕੋਈ ਨਹੀਂ, ਦੋਸਤੀ ਦੋਸਤ ਦੇ ਕੰਮ ਆਉਂਦਾ ਜੀ, ਇਹ ਤਾਂ ਕੋਈ ਉਹ ਨਹੀਂ। ਚਲੋ ਠੀਕ ਹੈ, ਧੰਨਵਾਦ। ਕਿੰਨਾ ਸਿਆਣਾ ਮੁੰਡਾ, ਦੱਸ ਉਹੀ ਗਲਤ ਸਮਝੀ ਜਾਂਦੇ ਸੀ ਇਹਨੂੰ, ਤੇ ਜਾ ਕੇ ਮੈਂ ਉਹਨੂੰ ਫੜਾਵਾਂ ਬਣਾ ਲਓ ਕਿਸਾਨ। ਇਸੇ ਰਾਹ 'ਤੇ ਕਹਿੰਦੀ ਦੀਪ ਵੀ ਇੱਧਰ ਦੀ ਆਉਂਦਾ, ਉਹ ਕਿਹੜਾ ਹੁੰਦਾ, ਲੱਗਦਾ ਉਹੀ ਹੈ। ਆ ਕਿਹੜਾ ਤੁਰਿਆ ਜਾਂਦਾ, ਚੱਲ ਪੁੱਛ ਲੈਂਦੇ ਹਾਂ, ਕਈ ਵਾਰ ਕਿਸੇ ਨੂੰ ਲਿਫਟ ਦੀ ਵੀ ਲੋੜ ਹੁੰਦੀ ਆ। ਹਾਂ ਬਈ ਕਿੱਥੇ ਜਾਣਾ, ਆ ਜਾ ਬਹਿ ਜਾ ਛੱਡ ਦੂੰਗਾ। ਮੈਂ ਤਾਂ ਨਹੀਂ ਕਿਤੇ ਜਾਣਾ, ਪਰ ਭੇਜਣਾ ਕਿਸੇ ਨੂੰ ਬਹੁਤ ਦੂਰ ਹੈ। ਠੀਕ ਹੋ ਗਿਆ ਬਈ, ਦੇਖੀ ਘਰੇ ਬੁਲਾਇਆ ਸੀ ਉਹਨੂੰ ਮਾਰਿਆ ਮੈਨੇ ਉਹਨੂੰ ਸਾਲਾ ਸਾਡੇ ਘਰ ਦੀ ਮਿੱਟੀ ਪਲੀਤ ਕਰਤਾ ਸੀ ਸਾਡੇ ਘਰ ਦੀ ਕੀ ਗੱਲ ਹੋ ਗਈ ਜੀ ਭਾਬੀ ਮੁੰਡੇ ਨੂੰ ਮਾਰ ਕੇ ਆ ਗਿਆ ਮੇਰਾ ਕਿਹੜੇ ਮੁੰਡੇ ਨੂੰ ਜਿਹੜਾ ਘਰੇ ਆਇਆ ਸੀ ਕਾਪੀ ਦੇਣ ਮਜ਼ਾਕ ਤਾਂ ਨਹੀਂ ਕਰਦੇ ਤੁਸੀਂ ਸੱਚ ਕਹਿ ਰਹੇ ਮੈਂ ਸੱਚ ਮੇਰੇ ਸਾਡੇ ਜੀ ਤੱਕ ਕੋਈ ਗੱਲ ਨਹੀਂ ਸਾਡੀਆਂ ਇੱਜ਼ਤਾਂ ਨਾਲ ਖੇਡਦਾ ਫਿਰ ਜਾਵੇ ਤੇ ਮੈਂ ਉਹਨੂੰ ਬਖਸ਼ਦਾ ਨਾ ਤੁਸੀਂ ਹਾਂ ਕੀ ਕਰਦਾ ਮੇਰੇ ਹੁੰਦੀ ਆਇਆ ਸੀ ਉਹ ਮੁੰਡਾ ਕਰੇ ਕੋਈ ਗੱਲ ਨਹੀਂ ਕੁਝ ਨਹੀਂ ਸੀ ਇਹਦੇ ਨਾਲ ਪੜਦਾ ਸੀ ਕੁਛ ਵੀ ਸਮਝ ਨਹੀਂ ਆ ਰਿਹਾ ਇਹਦੀ ਅੱਖ ਚੋਂ ਕੁਛ ਵਗ ਗਿਆ ਸੀ ਉਹ ਤਾਂ ਸਿਰ ਇਹਦੀ ਅੱਖ ਚੋਂ ਕੱਢ ਰਿਹਾ ਸੀਗਾ ਹੋਰ ਕੋਈ ਗੱਲ ਨਹੀਂ ਸੀ ਮੇਰੇ ਮੂਹਰੇ ਸਾਰੀ ਗੱਲ ਹੋਈ ਆ ਨਾ ਫਿਰ ਉਹ ਇਹਦਾ ਮਤਲਬ ਦੀਪ ਗਲਤ ਹੈ ਉਹੀ ਝੂਠ ਬੋਲਦਾ ਹੁਣ ਹਾਂ ਝੂਠ ਬੋਲਦਾ
ਕਿਉਂ ਚੁੱਪ ਬੈਠੀ ਆ, ਬੋਲਦੀ ਕਿਉਂ ਨਹੀਂ ਤੂੰ? ਹਾਂ ਵੀਰੇ, ਉਹ ਮੁੰਡਾ ਮੈਨੂੰ ਅਕਸਰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਕੌਣ ਸੀ? ਹਾਂ ਵੀਰੇ, ਮੈਂ ਕਦੇ ਕਦੇ ਡਰਦੀ ਮਾਰੀ ਨੇ ਨਹੀਂ ਦੱਸਿਆ, ਤੇ ਉਸ ਦਿਨ ਮੈਂ ਉਹਦੇ ਚਪੇੜ ਵੀ ਮਾਰਦੀ ਸੀ ਮੂੰਹ 'ਚ, ਤੇ ਉਹਦੇ ਕਰਕੇ ਉਹਨੇ ਪੁੱਤਲਾ ਦੇ। ਤੁਸੀਂ ਕਿਸੇ ਦੇ ਗੱਲਾਂ ਜਾ ਕੇ ਸਾਰਾ ਘਰ ਖਰਾਬ ਕਰਤਾ। ਇੱਕ ਤਾਂ ਉਹਨਾਂ ਦਾ ਕਰਤਾ ਜਿਨ੍ਹਾਂ ਦਾ ਤੁਸੀਂ ਮੁੰਡਾ ਮਾਰਿਆ, ਦੂਜਾ ਸਾਡਾ ਕਰਤਾ, ਹੁਣ ਤੁਸੀਂ ਕਤਲ ਦਾ ਕਰਤਾ। ਤੁਹਾਨੂੰ ਕੀ ਲੱਗਦਾ ਕਿਸੇ ਨੂੰ ਪਤਾ ਨਹੀਂ ਲੱਗਣਾ? ਤੁਹਾਨੂੰ ਪੁਲਿਸ ਵਾਲੇ ਫੜ ਕੇ ਲੈ ਜਾਣਗੇ। ਇਹਦਾ ਮਤਲਬ ਮੈਂ ਇੱਕ ਬੇਕਸੂਰ ਨੂੰ ਮਾਰਤਾ? ਕਿੱਥੇ ਜਾਊਂਗਾ ਮੈਂ, ਕਿੱਥੇ ਜਾਊਂਗਾ? ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪਰਿਵਾਰ ਤੇ ਸ਼ੱਕ ਕਰ ਲਿਆ। ਗਲਤੀ ਹੋ ਗਈ ਮੇਰੇ ਤੋਂ, ਸ਼ਾਲੂ ਬਹੁਤ ਵੱਡੀ ਗਲਤੀ ਹੋ ਗਈ। ਗਲਤੀ ਨਹੀਂ, ਤੁਸੀਂ ਬਹੁਤ ਵੱਡਾ ਗੁਨਾਹ ਕੀਤਾ। ਗੁਨਾਹ ਹੁਣ ਕੀ ਕੀਤਾ ਜਾਵੇ ਸ਼ਾਲੂ? ਮੈਨੂੰ ਮਾਫ਼ ਕਰ ਦੇ, ਮੈਨੂੰ ਮੇਰੇ ਤੋਂ ਗਲਤੀ ਹੋ ਗਈ। ਸ਼ਾਲੂ ਨੂੰ ਸਮਝਾਉਣਾ, ਮੈਨੂੰ ਮਾਫ਼ ਕਰ ਦੇ। ਇਹਦੇ ਮਾਫ਼ ਕਰਨ ਨਾਲ ਕੀ ਹੋਊਗਾ? ਜਿਨ੍ਹਾਂ ਦਾ ਮੁੰਡਾ ਮਰਿਆ ਉਹ ਉਹਨਾਂ ਨੂੰ ਤਾਂ ਮੈਂ ਕੀ ਜਵਾਬ ਦਊਂਗਾ ਸ਼ਾਲੂ? ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਛੱਡ ਦਿਆ, ਆਪਣੀ ਭੈਣ ਤੇ ਜਮਾ ਭਰੋਸਾ ਨਹੀਂ ਕਰਿਆ, ਬਸ ਲੋਕਾਂ ਦੀਆਂ ਗੱਲਾਂ ਚ ਆਈ ਗਿਆ। ਜੇ ਲੋਕਾਂ ਦਾ ਕੰਮ ਹੀ ਘਰ ਉਜਾੜਨਾ ਹੁੰਦਾ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਚ ਆ ਕੇ ਆਪਣਾ ਘਰ ਉਜਾੜ ਲਿਆ। ਹੁਣ ਕੁਛ ਨਹੀਂ ਬਣ ਸਕਦਾ, ਹੁਣ ਕੁਛ ਨਹੀਂ ਹੋ ਸਕਦਾ। ਵੀਰੇ, ਤੁਸੀਂ ਇੱਕ ਵਾਰ ਆਪਣੀ ਭੈਣ ਤੇ ਦਾ ਭਰੋਸਾ ਕਰ ਲੈਂਦੇ, ਮੈਨੂੰ ਤਾਂ ਪੁੱਛ ਲੈਂਦੇ ਆ ਕੰਮ ਕਰਨ ਤੋਂ ਪਹਿਲਾਂ। ਮੈਨੂੰ ਮਾਫ਼ ਕਰ ਦੇ ਭੈਣੇ, ਮੈਂ ਆਪਣੀ ਹੈਂਕੜ ਵਿੱਚ ਆ ਕੇ ਸੱਚ ਝੂਠ ਦਾ ਪਤਾ ਹੀ ਨਹੀਂ ਕੀਤਾ। ਇੱਕ ਆਪਣੀ ਇੱਜ਼ਤ ਖਾਤਰ ਜੋ ਮਨ ਚਾਹੀ ਉਹ ਕਰ ਦਿਆ, ਜੋ ਕਿ ਜਮਾਂ ਹੀ ਝੂਠ ਸੀ। ਸਹੀ ਗੱਲ ਹੈ ਤੇਰੀ, ਬੰਦੇ ਨੂੰ ਆਪਦੇ ਪਹਿਲਾਂ ਪਰਿਵਾਰ ਤੇ ਭਰੋਸਾ ਕਰਨਾ ਚਾਹੀਦਾ, ਫਿਰ ਲੋਕਾਂ ਤੇ ਕਰਨਾ ਚਾਹੀਦਾ।